ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਹਿੰਮਤ ਕੀਤੀ ਹੈ ਕਹਿਣ ਦੀ ਕਿ ਆਓ ਬਹਿਸ ਕਰ ਵੀ ਸਾਡੀ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਇਹ ਜਿਹੜੀਆਂ ਸਮੱਸਿਆ ਨੇ ਨਾ ਸਰ ਉਹ ਇਹ ਤੋਂ ਪੱਜੰਦੀ ਕੋਸ਼ਿਸ਼ ਕਰ ਰਹੇ ਆ ਭਾਵੇਂ ਐਵੇਂ ਮਦੀ ਜਾਂਦੇ ਜਾਖੜ ਸਾਹਿਬ ਦੀਆਂ ਨਵੀਆਂ ਸ਼ਰਤਾਂ ਹੁੰਦੀਆਂ ਦੋ ਜੀ ਸ਼ਰਤ ਕਾਦੀਆਂ ਜੀ ਪੰਜਾਬ ਦੇ ਮੁੱਦੇ ਆ ਆਓ ਦੱਸੋ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਸਟੈਂਡ ਲੈ ਰਿਹਾ ਉਹ ਕਹਿ ਰਿਹਾ ਕਿ ਅਸੀਂ ਇੱਕ ਤਰੀਕ ਨੂੰ ਜਿਹੜੀਆਂ ਕੇਂਦਰੀ ਟੀਮਾਂ ਆਉਣਗੀਆਂ ਉਹਨਾਂ ਨੂੰ ਅਸੀਂ ਰੋਕਾਂਗੇ ਬਹਿਸ ਦੇ ਵਿੱਚ ਨਾ ਅਸੀਂ ਅੱਜ ਹਿੱਸਾ ਲਈਏ ਤੇ ਨਾ ਅਸੀਂ ਕੱਲ ਲਈਏ ਉਹ ਕਹਿੰਦੇ ਅਸੀਂ ਬਹਿਸ ਲਈ 10 ਅਕਤੂਬਰ ਨੂੰ ਆਏ ਸੀ ਉਦੋਂ ਮੁੱਖ ਮੰਤਰੀ ਸਾਹਿਬ ਸਾਨੂੰ ਮਿਲਣਗੇ ਪੰਜਾਬ ਮਦਵਾ ਕੇ ਫਿਰ ਕਹੀਏ ਜਾਂਦੇ ਤੁਹਾਡੀਆਂ ਲਾਛਾਂ ਤੇ ਬਣੂਗਾ ਜੀ ਤੁਹਾਡੀਆਂ ਯਾਦ ਕਿਹੜੀਆਂ ਲਾਛਾਂ ਮੈਂ ਤਾਂ ਕਹਿਦਾ ਹੱਸਦਾ ਨਾਲ ਵੇਖ ਕੇ ਵੀ ਇਹਨਾਂ ਦੀਆਂ ਲਾਛ ਬਣਾਉਣ ਵਾਲੇ ਨੋਟੀਫਿਕੇਸ਼ਨ ਕਰਨ ਵਾਲੇ ਬਾਦਲ ਚਾਂਦੀ ਦੀਆਂ ਕਈਆਂ ਲਿਉਣ ਵਾਲੀ ਕਾਂਗਰਸ ਮਾਨ ਸਾਹਿਬ ਦਾ ਕੀ ਕਸੂਰ ਹੈ ਜੀ ਕੀ ਅਸੀਂ ਦਾਵਾ ਕਮਜ਼ੋਰ ਕਰਤਾ ਜੀ सीएम साहब ਆਪਣਾ ਬਖ ਦੱਸਣ ਗਿਆ 17 ਮਹੀਨਿਆਂ ਚ ਹੀ ਕੀਤਾ ਜੀ ਤੁਸੀਂ ਲਿਹਾਓ 70 ਸਾਲਾਂ ਚ ਕੀ ਕੀਤਾ ਸਭ ਕਹਿੰਦੇ ਕਿ ਉੱਥੇ ਬਹਿਸ ਤਾਂ ਹੋਣੀ ਨਹੀਂ ਉੱਥੇ ਇੱਕ ਦੂਜੇ ਦਾ ਕਰੈਕਟਰ ਅਸੈਸੀਨੇਸ਼ਨ ਹੋਣਾ ਉੱਥੇ ਇੱਕ ਦੂਜੇ ਨੂੰ ਲਾਂਤਾਂ ਪਾਈਆਂ ਜਾਣੀਆਂ ਨੇ ਇੱਕ ਦੂਜੇ ਨੂੰ ਤੋਮਤਾਂ ਦਿੱਤੀਆਂ ਜਾਣੀਆਂ ਨੇ ਇਹਦੇ ਨਾਲ ਪੰਜਾਬ ਦਾ ਕੀ ਭਲਾ ਹੋਏਗਾ ਅਈ ਤੇ ਕਹਿੰਦੇ ਬੋਲਣ ਐਸ.ਓ.ਆਈ.ਐਲ ਤੇ ਆ ਕੇ ਬੋਲੇ ਪ੍ਰਧਾਨ ਆਜਵਾ ਵਿਧਾਨ ਸਭਾ ਚ ਲੋਕਾਂ ਨੂੰ ਦੱਸੇ ਕਿ ਪਈਓ ਕਈਆਂ ਕਿੱਥੇ ਨੇ ਜਿਹੜੀਆਂ ਅਹੀ ਇੰਦਰਾ ਗਾਂਧੀ ਦੇ ਟੱਪ ਲਾਏ ਸੀਗੇ ਡਰਮੇ ਕਰ ਰਹੀ ਟੀਮਾਂ ਆਦੀਆਂ ਜੀ ਫਲਾਣਾ ਆਦਿਆ ਜੀ ਢੀਂਗੜਾ ਦੇ ਵਿੱਚ ਚਿੱਠੀਆਂ ਜੀ ਕੱਢੀ ਜਾਂਦੇ ਨਾ ਕੋ ਲੈਣ ਦੇਣਾ ਕੀ ਗੱਲ ਹੈ ਪੰਜਾਬ ਦੇ ਪੁੱਤ ਨਹੀਂ ਸਾਡਾ ਪਾਣੀ ਕਿੱਦਾਂ ਲੈ ਕੋਈ ਕਿਦਾਂ ਲੈ ਕੇ ਦਿਖਾਉਣ ਪੜਾ ਕਿਦਾਂ ਲੈ ਜਾਂਦਾ ਤਲੀਵਲ ਸਭ ਤੇ ਨਾਲ ਦੀ ਨਾਲ ਜਿਹੜੇ ਭਾਜਪਾਈ ਉਹ ਹੁਣ ਕਾਂਗਰਸੀ ਬਣ ਗਏ ਦੁਬਾਰਾ ਫੇਰ ਘਰ ਵਾਪਸੀਆਂ ਹੋ ਗਈਆਂ ਉਹ ਕਹਿੰਦੇ ਕਿ ਰਾਹੁਲ ਗਾਂਧੀ ਦੇਸ਼ ਦੇ ਵਿੱਚ ਮਜ਼ਬੂਤ ਲੀਡਰ ਬਣ ਰਹੇ ਨੇ 2024 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਣੀ ਹੈ ਇਹ ਇਹ ਕੋ ਕੰਮ ਹੈ ਸਾਡੇ ਲੀਡਰਾਂ ਦਾ ਛੇ ਮਹੀਨੇ ਉਦੋਂ ਛੇ ਮਹੀਨੇ ਇੰਦਰ ਆਪਾਂ ਪੰਜਾਬ ਦੀ ਜਨਤਾ ਨੂੰ ਬੇਖੂਬ ਸਮਝਦੇ ਆਵਾ ਬੇ ਬੇਕੂਫਿਆ ਪੰਜਾਬ ਦੀ ਜਨਤਾ ਯਾਦ ਕੇ ਇਹਨਾਂ ਨੂੰ ਦਵਾਦਾ ਵੋਟਾਂ ਪਾ ਦਊਗੀ ਅੰਬਰ ਦੀ ਬਹਿਸ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੱਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਆਡੀਟੋਰੀਅਮ ਪਰ ਉਸ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਸ਼ਰਤਾਂ ਤੇ ਸ਼ਰਤਾਂ ਤੋਂ ਬਾਅਦ ਦੇਖਣਾ ਹੋਵੇਗਾ ਕਿਹੜੀ ਕਿਹੜੀ ਪਾਰਟੀ ਉੱਥੇ ਪਹੁੰਚੀ ਪਹੁੰਚੇਗੀ ਕਿਉਂਕਿ ਕਈ ਪਾਰਟੀਆਂ ਦੇ ਵੱਲੋਂ ਕੋਰੀ ਨਾ ਆ ਗਈ ਹੈ ਕਈ ਪਾਰਟੀਆਂ ਨੇ ਸ਼ਰਤਾਂ ਰੱਖਤੀਆਂ ਨੇ ਸਾਡੇ ਨਾਲ ਇਸ ਵੇਲੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਇਹ ਕੀ ਸੋਚਦੇ ਨੇ ਕਿ ਬਹਿਸ ਦਾ ਮਕਸਦ ਕੀ ਹੈ ਤੇ ਇਹਨਾਂ ਨੂੰ ਕੀ ਲੱਗਦਾ ਹੈ ਸਪੈਸ ਤੋਂ ਬਾਅਦ ਕੀ ਹੋ ਸਕਦਾ ਢਾਲੀਵਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਇੱਕ ਤਰੀਕ ਨੂੰ ਬਹਿਸ ਰੱਖੀ ਹੈ बहस ਦੇ ਮਾਇਨੇ ਤੁਸੀਂ ਕੀ ਦੇਖਦੇ ਹੋ ਇਹ ਬਹਿਸ ਜੇ ਹੋ ਜਾਂਦੀ ਹੈ ਤਾਂ ਇਸ ਦੇ ਨਾਲ ਪੰਜਾਬ ਨੂੰ ਕੀ ਅਸਰ ਹੋਏਗਾ ਪੰਜਾਬ ਤੇ ਕੀ ਫਰਕ ਪਏਗਾ ਨਹੀਂ ਪੰਜਾਬ ਦੇ ਉੱਤੇ ਇਹ ਫਰਕ ਪਊਗਾ ਸਾ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਹਿੰਮਤ ਕੀਤੀ ਹੈ ਕਹਿਣ ਦੀ ਕਿ ਆਓ ਬਹਿਸ ਕਰੋ ਵੀ ਸਾਡੀ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਜੀ ਸਮਝਦੇ ਗੇ ਗੱਲ ਅੱਜ ਅਸੀਂ ਬਸ ਸਾਨੂੰ ਮਤਲਬ 1 ਸਾਲ 7 ਮਹੀਨੇ ਹੋ ਗਏ ਸਾਡੀ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਿਆ 1 ਸਾਲ 7 ਮਹੀਨੇ ਹੋ ਗਏ ਅਸੀਂ ਇਹ ਗੱਲ ਕਹਿਦੇ ਮਾਨ ਸਾਹਿਬ ਨੇ ਕਿਹਾ ਕਿ ਤੁਸੀਂ ਆਓ રોજ ਐਵੇਂ ਦੋਸ਼ ਲਾਉਂਦੇ ਹੋ ਤੁਸੀਂ ਐਵੇਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਬੋਲਦੇ ਹੋ ਵੀ ਤੁਸੀਂ ਆਓ ਤੁਹਾਨੂੰ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਕਸੂਰਵਾਦ ਕੌਣ ਹੈ 75 ਸਾਲਾਂ ਚ ਸਦ ਗੱਲ ਜਿਹੜੀ ਉਹ ਗੱਲ ਕਹਿ ਰਹੇ ਆ ਮਾਨ ਸਾਹਿਬ ਦੀ ਗੱਲ ਸਹੀ ਹੈ ਕਿ ਪਿਛਲੇ ਤਰ੍ਹਾਂ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਐਸੀ ਤਾਂ ਹੁਣ ਹੀ ਆਇਆ ਨਾ ਸਾਨੂੰ ਤਾਂ ਸਾਲ 12 ਤੋਂ 17-19 ਮਹੀਨੇ ਹੋਏ ਅਸੀਂ ਤਾਂ ਹੁਣ ਆਏ ਆ ਪਰ ਪੰਜਾਬ ਦਾ ਨੁਕਸਾਨ ਕਿਦੋਂ ਦਾ ਹੋ ਰਿਹਾ ਸੰਤ ਪੰਜਾਬ ਦਾ ਪਹਿਲਾਂ ਹੀ 70% ਪਾਣੀ ਕਿੰਨੇ ਦੇ ਤਾ ਅਸੀਂ 90% ਪੰਜਾਬ ਦੀ ਖੇਤੀ ਪਾਣੀ ਦੇ ਆਧਾਰ ਤੇ ਅਸੀਂ ਨਹਿਰੀ ਪਾਣੀ 28% ਯੂਜ਼ ਕਰਦੇ ਆ ਬਾਕੀ ਅਸੀਂ ਟੂਬਲਾਂ ਤੋਂ ਲੈਦੇ ਸਾਡੀ ਇਹ ਕਿਹਦੇ ਦਿੱਤਾ ਜੀ ਰਾਜਸਥਾਨ ਨੂੰ ਹਰਿਆਣੇ ਨੂੰ ਕਿੰਨੇ ਦਿੱਤਾ ਪਾਣੀ ਦੱਸੋ ਜੀ ਕੌਣ ਜ਼ਿੰਮੇਵਾਰ ਹੈ ਇਹਦੀ ਜ਼ਿੰਮੇਵਾਰ ਉਹ ਨੇ ਜਿਨ੍ਹਾਂ ਨੇ ਹੁਣ ਤੱਕ ਰਾਜ ਕੀਤਾ ਆਪਾ ਆਪਾ ਕੀ ਕਰਦੇ ਇਹ ਕੀ ਕਰਦੇ ਨੇ ਮੁੱਦੇ ਖੜੇ ਕਰਦੇ ਨੇ ਮੁੱਦੇ ਖੜੇ ਕਰਕੇ ਉਹਨਾਂ ਤੇ ਮੁੜ ਕੇ ਸਿਆਸਤ ਕਰਦੇ ਨੇ ਸਿਆਸਤ ਇੰਨੀ ਮਹਿੰਗੀ ਪਈ ਪੰਜਾਬ ਦੇ ਲੋਕਾਂ ਨੂੰ ਅੱਜ ਵੇਖੋ ਮਤਲਬ ਪੰਜਾਬ ਦੇ ਸਿਰ ਦੇ ਉੱਤੇ ਕਰੀਬ मतलब 3 लाख करोड़ ਜਿਹੜਾ ਉਹਦਾ ਕਰਜ ਆ ਪੰਜਾਬ ਦੇ ਉੱਤੇ ਕਿੰਨਾ ਕਰਜ ਆ ਸਦਕ ਇਹ ਸਵਾਲ ਤੇ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਨਾ ਪੰਜਾਬ ਦੀ ਰੋਡ ਵਿੱਚ ਚੱਲਦੀ ਸੀ ਉਹ ਕਿੱਥੇ ਚਲ ਗਈ ਪੰਜਾਬ ਦੀ ਰੋਡ ਵਿੱਚ ਕੌਣ ਖਾ ਗਿਆ ਜੀ ਪੰਜਾਬ ਦੇ ਹਸਪਤਾਲ ਕਿੱਥੇ ਚਲ ਗਏ ਜੀ ਸਰਕਾਰੀ ਹਸਪਤਾਲ ਕੌਣ ਬੇੜਾ ਕਰ ਕਰ ਗਿਆ ਸਕੂਲਾਂ ਦਾ ਇਹਨਾਂ ਪੁਰਾਣ ਹਾਲ ਤੇ ਪੰਜਾਬ ਦੇ ਜਿਹੜੇ ਸਰਕਾਰੀ ਕਾਲਜਾ ਉਹਨਾਂ ਦਾ ਬੜਾ ਪੁਰਾਣ ਹਾਲ ਐ ਸਦਕ ਸਾਡੇ ਕਾਲਜ ਖਤਮ ਗਾਤੇ ਸਾਡੀ ਰੋਡ ਵਿੱਚ ਖਾ ਕੇ ਸਾਡੀਆਂ ਛੜਕਾ ਲੰਘਿਆ ਨਹੀਂ ਜਾਂਦਾ ਸਾ ਪੰਜਾਬ ਚ ਇਹਨਾਂ ਬੁਰਾ ਹਾਲ ਹੈ ਪਾਣੀ ਸਾਡਾ ਜਿਹੜਾ ਪਾਣੀ ਐਤਕਾ ਮਾਨ ਸਾਹਿਬ ਨੇ ਪੰਜਾਬ ਦੀ ਹਰ ਅਖੀਰ ਤੱਕ ਬਾਰਡਰ ਤੇ ਇੰਦੋਂ ਸਾਡੇ ਪਾਕਿਸਤਾਨ ਵਾਲੇ ਪਾਸੇ ਹਿਦਿਆਣੇ ਵਾਲੇ ਪਾਸੇ ਅਬੋਰ ਤੱਕ ਰਾਜਸਥਾਨ ਦੇ ਕੱਡੇ ਤੱਕ ਪਾਣੀ ਪਹੁੰਚਦਾ ਪਹਿਲਾਂ ਕਿਉਂ ਨਹੀਂ ਪਹੁੰਚਿਆ ਜੀ ਪਾਣੀ ਜੇ ਇਹੀ ਪਾਣੀ ਪਲੈਨਿੰਗ ਕਰਕੇ ਪਹਿਲੀਆਂ ਸਰਕਾਰਾਂ ਕਿਤੇ ਪੰਜਾਬ ਦੀ ਖੇਤੀ ਨੂੰ ਨਹਿਰੀ ਨਹਿਰੀ ਪਾਣੀ ਤੇ ਕਰ ਦਿੰਦੀਆਂ ਤੇ ਸਦਾ ਜੜਾ ਜਿਹੜਾ ਟੂਬਲ ਪਾਣੀ ਜਿਹੜਾ ਅਸੀਂ ਮਤਲਬ ਜ਼ਮੀਨ ਦੀ ਛਾਤੀ ਚ ਛੇਕ ਕਰਕੇ ਪਾਣੀ ਕੱਢਿਆ ਅਸੀਂ 250 300 ਕਈ ਥਾਂ ਤੇ 5 500 ਫੋੜਤਾਂ ਲਈ ਚੱਲ ਗਏ ਕੌਣ ਜੁਮੇ ਦਾ ਸਾਡਾ ਪਾਣੀ ਸਤ ਉੱਥੇ ਲੁਧਿਆਣੇ ਦੇ ਵਿੱਚ ਜਿਹੜਾ ਪਾਣੀ ਹਗਾ ਵੀ ਐਸਵਾਈਐਲ ਦੇ ਵਿੱਚ ਕੀ ਉਹਦੇ ਚ ਸਤ ਦੋ ਦਰਿਆ ਦੇ ਵਿੱਚ ਕੀ ਜਾ ਰਿਹਾ ਇਹ ਜਿਹੜੀਆਂ ਸਮੱਸਿਆ ਨੇ ਨਾ ਸਾਦੂ ਇਹ ਤੋਂ ਪੱਜੰਦੀ ਕੋਸ਼ਿਸ਼ ਕਰ ਰਹੇ ਬੰਦੇ ਆ ਮੇ ਮਦੀ ਜਾਂਦੇ ਜੱਕੜ ਸਾਹਿਬ ਵੇਖੋ ਜੱਕੜ ਸਾਹਿਬ ਸਿਆਣੀ ਬੱਦੇ ਆ ਮੈਂ ਨਹੀਂ ਕਹਿੰਦਾ ਪਰ ਸੱਤ ਹਿਸਾਬ ਤੇ ਦੇਣਾ ਪਊਗਾ ਅਸੀਂ ਅਸੀਂ ਅੱਜ ਰਾਜ ਕਰਦੇ ਆ ਕੱਲ ਨੂੰ ਲੋਕ ਸਾਡੇ ਕੋਲ ਹਿਸਾਬ ਮੰਗਣ ਤੇ ਅਸੀਂ ਬੁਰਕੇ ਕਹੀਏ ਹਿਸਾਬ ਨਹੀਂ ਦੇਣਾ ਜੀ ਫਲਾਣ ਆ ਜੀ ਆ ਜੀ ਜੇ ਸਾਨੂੰ ਦੱਸਣਾ ਪੂਸਾ ਜਿਹੜਾ ਜਿਹੜਾ ਜੱਕੜ ਸਾਹਿਬ ਕਹਿ ਰਹੇ ਆ ਪਹਿਲਾਂ ਤਾਂ ਪਹਿਲਾਂ ਉਹਨਾਂ ਨੂੰ ਥੀਏਟਰ ਦੇ ਬਾਅਦ ਇੱਕ ਕਹਿ ਤਾ ਉਹਨਾਂ ਨੇ ਮਤਲਬ ਕਿੰਨਾ ਗਲਤ ਆਰਟਿਸਟਾਂ ਦੇ ਬਾਅਦ ਵਿੱਚ ਮਤਲਬ ਉਹਨਾਂ ਨੇ ਉਹ ਸ਼ਬਦ ਕਹੇ ਹਲੇ ਬੜਾ ਪੁੱਤੋ ਜਗਾ ਹੋ ਸਮਝਦੇ ਕਿ ਗਾ ਮਾਨ ਸਾਹਿਬ ਨੇ ਲੁਧਿਆਣਾ ਜੁਨੀਵਰਸਿਟੀ ਗਾਲੀ पे ਆਜੋ ਵੀ ਉੱਥੇ ਆਜੋ। ਜਾਖੜ ਸਾਹਿਬ ਦੀਆਂ ਨਵੀਆਂ ਛੱਤਾਂ ਹੁੰਦੀਆਂ ਉਹ ਦੋ ਜੀ। ਛੱਤ ਕਾਦੀ ਹੈ ਜੀ। ਪੰਜਾਬ ਦੇ ਇਹ ਮੁੱਦੇ ਆਓ ਦੱਸੋ ਪੰਜਾਬ ਦੇ ਲੋਕਾਂ ਨੂੰ। ਇੱਕ ਟਾਈਮ ਦੇ ਉੱਤੇ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ। ਖੱਟਰ ਸਾਹਿਬ ਹਰਿਆਣਾ ਦੇ Chief Minister ਸੀਗੇ। ਪੰਜਾਬ 'ਚ ਬਾਦਲ ਦੀ BJP ਦੀ ਸਰਕਾਰ ਸੀਗੀ। ਸਤ ਪਾਣੀਏ ਦਾ ਮੁੱਦਾ ਕਹਿੰਦੇ ਪੋਲਿਟਿਕਲ ਮੁੱਦਾ ਤੇ ਇਹ ਟੇਬਲ ਤੇ ਹੀ ਹੱਲ ਹੋਣਾ ਸੁਪਰੀਮ ਕੋਰਟ ਨੇ ਕਈ ਇਹ ਆਖਿਆ ਕਿ ਦੋਵੇਂ ਸਟੇਟਾਂ ਬਹਿ ਕੇ ਸੈਂਟਰ ਬਾਕੇ ਇਹ ਨੂੰ ਹੱਲ ਕਰੇ ਸਭ ਕਿਉਂ ਨਹੀਂ ਕੀਤਾ ਇਹਨਾਂ ਨੇ ਇਹ ਦੱਸੋ ਤੁਸੀਂ ਪਹਿਲਾਂ ਇਹ ਤੇ ਕਿਉਂ ਨਹੀਂ ਕੀਤਾ ਇਹਨਾਂ ਨੇ ਮਦਰਸਾ ਵ੍ਰੋਤੀ ਪਾਰਟੀਆਂ ਲਗਾਤਾਰ ਇਲਜ਼ਾਮ ਲਗਾ ਰਹੀਆਂ ਨੇ ਕਿ ਪੰਜਾਬ ਦੀ ਸਰਕਾਰ ਤੁਹਾਡੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਉਹਨੇ ਸਹੀ ਤਰ੍ਹਾਂ ਦੇ ਨਾਲ ਪੱਖ ਪੇਸ਼ ਨਹੀਂ ਕੀਤਾ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਇਹ ਦਾਵਾ ਕਿ ਸਰਕਾਰ ਤਾਂ ਚਾਹੁੰਦੀ ਹੈ ਕਿ ਐਸਵਾਈਐਲ ਬਣ ਜੇ ਤੇ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ ਉਹ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨਹੀਂ ਬਣਦੇ ਰਹੀਆਂ ਤੇ ਉਹ ਕਹਿ ਰਹੇ ਨੇ ਕਿ ਪੰਜਾਬ ਦਾ ਦਾਵਾ ਕਮਜ਼ੋਰ ਕਰ ਰਹੀ ਹੈ ਸਰਕਾਰ ਇਹ ਇਲਜ਼ਾਮ ਤੁਹਾਡੇ ਤੇ ਲਗਾਤਾਰ ਲੱਗ ਰਹੇ ਨੇ ਬਿਲਕੁਲ ਨਹੀਂ ਸਰ ਇਹ ਤਾਂ ਤਾਂ ਕਮਜ਼ੋਰ ਹੋਵੇ ਜੇ ਐਸੀ ਕੋਈ ਉੱਚ ਕੋਈ ਗਲਤ ਸਟੈਂਡ ਲੈਂਦੇ ਸਾਡਾ ਤਾਂ ਬੜਾ ਕਲੀਅਰ ਕਟ ਸਟੈਂਡ ਹੈ ਸਰ ਸੀਐਮ ਸਾਹਿਬ ਨੇ ਕਈ ਵਾਰ ਕਲੀਅਰ ਕੀਤਾ ਆਈ ਇਹ ਸਾਰੇ ਕਲੀਅਰ ਕਰਦੇ ਹਾਂ ਕਿ ਪੰਜਾਬ ਕੋ ਕੋਈ ਪਾਣੀ ਨਹੀਂ ਹੈ ਸਰ ਸੁਪਰੀਵ ਕੋਰਟ ਨੇ ਜੋ ਅੱਜ ਕਿਹਾ ਹੈ ਕਈ ਵਾਰ ਕਿਹਾ ਉਹਨਾਂ ਨੇ ਉਹ ਕਦੀ ਲਾਗੂ ਨਹੀਂ ਹੋਣਾ ਹੀ ਉਹ ਡਰਾਮੇ ਕਰਦੀ ਟੀਮਾਂ ਆਦੀਆਂ ਜੀ ਫਲਾਣਾ ਆਦਿਆ ਜੀ ਢੀਂਗੜਾ ਦੇ ਐਵੇਂ ਚਿੱਠੀਆਂ ਜੀ ਕੱਢੀ ਜਾਂਦੇ ਨਾਲ ਕੋ ਲੈਣ ਦੇਣਾ ਕੀ ਗੱਲ ਹੈ ਪੰਜਾਬ ਦੇ ਪੁੱਤ ਨਹੀਂ ਗਏ ਅਸੀਂ ਪੰਜਾਬ ਦੇ ਪੁੱਤ ਨਹੀਂ ਗਏ ਪੰਜਾਬ ਦੀ ਮਿੱਟੀ ਦੇ ਜਾਏ ਆ ਸਾਬ ਸਾਡਾ ਪਾਣੀ ਕਿੱਦਾਂ ਲੈ ਵੀ ਕੋਈ ਕਿਦਾਂ ਲੈ ਕੇ ਦਿਖਾਉਣ ਭਲਾ ਕਿਦਾਂ ਲੈ ਚੰਗੇ ਕਿਦਾਂ ਲੈ ਜੂਗਾ ਮਾਨ ਸਾਹਿਬ ਦੀ ਗਵਾਹੀ ਤੇ ਅਸੀਂ ਇੱਕ ਇੱਕ ਤੂੰ ਇੱਕ ਤੁੰਬਾ ਪਾਣੀ ਸਾਬ ਨਹੀਂ ਦਿਆਂਗੇ ਭਾਵੇਂ ਜੋ ਮਰਜ਼ੀ ਹੋ ਜ ਇਹਨਾਂ ਦੇ ਕਹਿੰਦਾ ਕੀ ਹੈ ਜੀ ਇਹ ਤਾਂ ਇਹ ਤਾਂ ਚੋਾਰ ਕਿਉਂ ਨਹੀਂ ਦਿੰਦੇ ਜੀ ਬਾਦਲ ਸਾਹਿਬ ਨੇ ਹੀ ਪਹਿਲਾ ਪੰਜਾਬ ਦਾ ਲੀਡਰ ਜਿੱਦਾਂ ਸਰ ਇਹਦਾ ਨੋਟੀਫਿਕੇਸ਼ਨ ਕੀਤਾ ਬਾਦਲ ਸਾਹਿਬ ਨੇ ਦੇਵੀ ਲਾਲ ਦੇ ਨਾਲ ਆਪਣੀ ਜਾਰੀ ਪਗਾਉਣ ਲਈ ਪਹਿਲਾ ਪਹਿਲਾ ਪੰਜਾਬ ਦਾ ਲੀਡਰ ਗੁਰगांव ਚ ਹੋਟਲ ਕਈ ਕੁਝ ਲੈ ਲਈ ਕੋਈ ਕਈ ਸਹੂਲਤਾਂ ਲਏ ਸਰ ਉਹ ਕਿਉਂ ਨਹੀਂ ਕਹਿੰਦੇ ਜੀ ਤੁਸੀਂ ਸਰ ਨੋਟੀਫਿਕੇਸ਼ਨ ਜਾਰੀ ਕਿਉਂ ਦੋ ਪ੍ਰਤਾਪ ਬਾਜਵਾ ਜੀ ਬੋਲੀ ਜਾਂਦੇ ਆ ਇੰਦਰਾ ਗਾਂਧੀ ਕਈਆਂ ਦੇ ਟੱਪ ਲਾ ਗਈ ਕੈਪਟਨ ਮਨਦਰ ਸਿੰਘ ਜੀ ਉਦੋਂ ਐਮਪੀ ਸੀਗੇ ਕਾਂਗਰਸ ਦੇ ਬਰਨਾਲਾ ਸਾਹਿਬ ਦੀ ਸਰਕਾਰ ਆਈ ਨਹਿਰ ਬਣ ਗਈ ਸਭ ਦੇ ਇਕ ਗੱਲ ਬਣਾਉਣ ਵਾਲੇ ਨੋਟੀਫਿਕੇਸ਼ਨ ਕਰਨ ਵਾਲੇ ਬਾਦਲ ਚਾਂਦੀ ਦੀਆਂ ਕਈਆਂ ਲਿਉਣ ਵਾਲੀ ਕਾਂਗਰਸ ਤੇ ਇਹ ਮਾਨ ਸਾਹਿਬ ਦਾ ਕੀ ਕਸੂਰ ਹੈ ਜੀ ਕੀ ਅਸੀਂ ਦਾਵਾ ਕਮਜ਼ੋਰ ਕਰਤਾ ਜੀ ਕਮਜ਼ੋਰ ਤੇ ਇਹਨਾਂ ਨੇ ਕੀਤਾ ਪਹਿਲੇ ਦਿਨ ਜਿਨ੍ਹਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਮਜ਼ੋਰ ਇਹਨਾਂ ਨੇ ਕੀਤਾ ਸਾ ਜਿਨ੍ਹਾਂ ਨੇ ਚਾਂਦੀ ਦੀਆਂ ਕਈਆਂ ਦਾ ਟੱਪ ਲਾਇਓ ਕਮਜ਼ੋਰ ਇਹਨਾਂ ਕਾਲੀ ਦਲ ਦੀ ਸਰਕਾਰ ਨੇ ਕੀਤਾ ਜਦੋਂ ਬਰਨਾਲਾ ਸਾਹਿਬ ਚੀਫ ਮਿਨਿਸਟਰ ਸੀਗੇ ਜਦੋਂ ਨਹਿਰ ਦੀ ਸਾਰੀ ਹੋਈ ਬਾਅਦ ਵਿੱਚ ਉਪਚਾਰੇ ਮਰਗੇ ਇੰਜੀਨੀਅਰ ਮਰਗੇ ਕਈ ਕੋਜ ਮਰਗੇ ਫਿਰ ਉਹ ਕੰਮ ਰੁਕਿਆ ਅਸੀਂ ਕਿਤਾ ਕਮਜ਼ੋਰ ਕਰਤਾ ਜੀ ਉਦਾਂ ਹੀ ਕੀ ਜਾਂਦੇ ਦੱਸੋ ਨਾ ਪਹਿਲਾਂ ਵੀ ਕਮਜ਼ੋਰ ਕੀ ਕਰਤਾ ਜੀ ਪਰ ਅੱਜ ਅਕਾਲੀ ਦਲ ਸਟੈਂਡ ਲੈ ਰਿਆ ਉਹ ਕਹਿ ਰਿਹਾ ਕਿ ਅਸੀਂ ਇੱਕ ਤਰੀਕ ਨੂੰ ਜਿਹੜੀਆਂ ਕੇਂਦਰੀ ਟੀਮ ਆਉਣਗੀਆਂ ਉਹਨਾਂ ਨੂੰ ਅਸੀਂ ਰੋਕਾਂਗੇ ਬਹਿਸ ਦੇ ਵਿੱਚ ਨਾ ਅਸੀਂ ਅੱਜ ਹਿੱਸਾ ਲਈਏ ਤੇ ਨਾ ਅਸੀਂ ਕੱਲ ਲਈਏ ਉਹ ਕਹਿੰਦੇ ਅਸੀਂ ਬਹਿਸ ਲਈ 10 ਅਕਤੂਬਰ ਨੂੰ ਆਏ ਸੀ ਉਦੋਂ ਮੁੱਖ ਮੰਤਰੀ ਸਾਹਿਬ ਸਾਨੂੰ ਮਿਲਣੇ ਨੇ ਉਹ ਯਾਦ ਕੱਲ੍ਹ ਆਏ ਜਦੋਂ ਜੋ ਟਾਈਮ ਤੇ ਪਹਿਲੀ ਪਹਿਲੀ ਨਵੰਬਰ ਦਾ ਰੱਖਿਆ ਤੁਈ 10 ਨੂੰ ਤੋਦੇ ਫਿਰੋ 8 ਨੂੰ ਤੋਦੇ ਫਿਰੋ ਮਜ਼ਾ ਦੇ ਕਰਦੇ ਫਿਰੋ ਕੱਲ ਹੀ ਕਰਦੇ ਮਜ਼ਾ ਦੇ ਜੀ ਕਰੇ ਲਈ ਮਜ਼ਾ ਦੇ ਕਰਦੇ ਲੋਕਾਂ ਨੂੰ ਦੱਸੋ ਨਾ ਉਹਦੀਆਂ ਕਾਪੀਆਂ ਦਿਖਾਓ ਲੋਕਾਂ ਨੂੰ ਪਿਆ ਇਹ ਸਾਡੇ ਬਜੂਦਗਾਂ ਨੇ ਆ ਦਿੱਤਾ ਜੀ ਪੰਜਾਬ ਨੂੰ ਆ ਕੀਤਾ ਜੇ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਉਹ ਚਾਂਦੀ ਦੀਆਂ ਕਈਆਂ ਜਿਹੜੀਆਂ ਉੱਥੇ ਮਹਿਲ ਚ ਪਈਆਂ ਹੋਣੀਆਂ ਕੈਪਟਨ ਸਾਹਿਬ ਦੇ ਕਹੀਏ ਇੱਥੇ ਰੱਖਿਆ ਹੋ ਨਹੀਂ ਉਹਨਾਂ ਨੇ ਉਹ 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 ਲੈ ਕੇ ਆਉਣੀਆਂ ਚਾਹੀਦੀਆਂ ਉਹ ਤੋਂ ਇੱਕ ਤਰੀਕ ਨੂੰ ਇਹਨਾਂ ਨੂੰ ਕਈਆਂ ਦਿਖਾਉਣ ਸਾਧ ਉਹ ਜਿਹੜਾ ਟੱਪ ਲੱਗਾ ਨੈਦ ਦੇ ਵਿੱਚ ਸਾਧ ਜਿਹੜਾ ਕਪੂਦੀ ਦਾ ਮੋਤ ਚਾ ਸਾਦੋ ਉਹ ਮੋਤੇ ਨੇ ਪੰਜਾਬ ਬਰਬਾਦ ਕਰਕੇ ਦੱਸਤਾ ਸਾ ਪਾਣੀ ਤੇ ਗਿਆ ਨਹੀਂ ਐਸਵਾਈਐਲ ਤੇ ਬਣੀ ਨਹੀਂ ਉਹ ਮੋਚਾ ਬਦਲਦਾ ਬਦਲਦਾ ਕਿੱਦਾਂ ਪੰਜਾਬ ਦੇ ਹਾਲਾਤ ਚਲ ਗਏ ਹਜ਼ਾਰਾਂ ਲੋਕ ਮਰ ਗਏ ਯਾਰ ਲੋਕਾਂ ਦੇ ਪੁੱਤ ਮਰ ਗਏ ਯਾਰ ਅੱਜ ਵੀ ਕਈ ਜੇਲਾਂ 'ਚ ਬੈਠੇ ਆ ਇਹਨਾਂ ਦਾ ਕਿਹੇ ਲੀਡਰ ਦਾ ਪੁੱਤ ਬਧਿਆ ਕਾਂਗਰਸੀ ਕਾਲੀ ਦਾ ਦੱਸਣ ਜੀ ਕਿਸ ਦਾ ਪੁੱਤ ਬਧਿਆ ਪੰਜਾਬ ਮਰਵਾ ਕੇ ਫਿਰ ਕਹੀਏ ਜਾਂਦੇ ਸੋਡੀਆਂ ਲਾਸ਼ਾਂ ਦੇ ਬਣੂੰਗਾ ਜੀ ਤੁਹਾਡੀਆਂ ਯਾਰ ਕਿਹੜੀਆਂ ਲਾਸ਼ਾਂ ਮੈਂ ਤਾਂ ਕਈ ਦਾ ਹੱਸਦਾ ਨਾਲ ਵੇਖ ਕੇ ਵੀ ਇਹਨਾਂ ਦੀਆਂ ਲਾਸ਼ਾਂ ਇਨੋਦਕੇ ਵੱਡੇ ਵੱਡੇ ਦੇ ਕਹਾਵਾਨੀ ਕੀਤੀ ਉਹ ਦੱਸਣ ਵੀ ਆ ਸਾਡੀ ਕਹਾਵਾਨੀ ਆ ਜੀ। ਤਾਰੀਵਾਲ ਸਾਹਿਬ ਜੀ ਉੱਥੇ ਸਿਆਸੀ ਧਿਰਾਂ ਹੀ ਨਾ ਆਈਆਂ ਤਾਂ ਬਹਿਸ ਕਿਸ ਨਾਲ ਹੋਏਗੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕੁਰਸੀਆਂ ਲਾ ਲੈਣਗੇ ਨਾ ਉਹਨਾਂ ਦੇ ਲਿਖ ਦੇਣਗੇ ਤੇ ਉਦੋਂ ਦੇਖਿਓ ਮੈਂ ਫਿਰ ਕੀ ਇਹਨਾਂ ਦੇ ਬਾਰੇ ਉਹ ਕੱਢਦਾ ਤੁਹਾਨੂੰ ਲੱਗਦਾ ਕਿ ਜੇ ਉਹ ਨਹੀਂ ਆਉਂਦੇ ਤਾਂ ਬਹਿਸ ਦਾ ਕੀ ਮੈਨੇ ਰਹਿ ਜਾਣਗੇ ਨਹੀਂ ਜੀ ਉਹਨਾਂ ਨੂੰ ਆਉਣਾ ਚਾਹੀਦਾ ਐਲੀ ਗੱਲ ਤੇ ਭੱਜਣਾ ਨਹੀਂ ਚਾਹੀਦਾ ਸੁਣ ਲੋ ਗੱਲ ਉਹਨਾਂ ਨੂੰ ਭੱਜਣਾ ਨਹੀਂ ਚਾਹੀਦਾ ਸਰ ਉਦੋਂ ਦਾ ਕਈ ਜਨ ਪਹਿਲਾਂ ਕਿਦਾਂ ਸੀ ਉਦੋਂ ਮੈਂ ਪਹਿਲੇ ਦਿਨ ਸੁਣਿਆ ਕਿ ਉਹ ਈਦਾਂ ਦੇ ਕੈਫੀ ਡਾਟ ਦੇਤਾ ਸੀ ਸੁਪਰੀਮ ਕੋਰਚ ਬਾਅਦ ਚ ਅਫਸਰ ਸੀਐਮ ਸਾਹਿਬ ਨੇ ਸੱਦੇ ਉਹ ਕਹਿੰਦੇ ਕੀ ਹੋਈ ਐ ਫੀਡਬੈਕ ਦਿੱਤਾ ਕਿੱਥੇ ਲਿਓ ਦੱਸੋ ਮੁਰਗੇ ਉਹ ਹਟ ਕੇ ਬੋਲਦਾ ਕੋਈ ਕੋਈ ਅਫੀਡਲ ਝੂਠ ਨਵੇਂ ਤੋਂ ਨਵਾਂ ਕੱਢੀ ਜਾਂਦੇ ਕੋਈ ਅੱਜ ਕੱਕ ਮਾਥੇ ਦੀ ਚਿੱਠੀ ਜੀ ਸੁਖਬੀਰ ਨੇ ਕੱਲ ਪਾਈ ਆ ਪਤਾ ਨਹੀਂ ਕਿਹੜੇ ਉਹ ਕੀ ਆ ਉਹ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਮੈਂ ਹੱਸਦਾ ਇਹਨਾਂ ਦੇ ਕੰਮਾਂ ਦੇ ਕਿਹੜੇ ਕੰਮਾਂ ਨੂੰ ਪਾਇਆ ਸਾਦੇ ਕੋਈ ਕੰਮ ਦੇ ਤੁਸੀਂ ਇਹ ਪਵਾੜਾ ਪਾਇਆ ਪੰਜਾਬ ਦੇ ਵਿੱਚ ਪਹਿਲਾਂ ਮੰਨੂ ਪਈ ਦੋਛੀ ਆ ਸਾਹਿਬ ਜੀ ਤੁਹਾਨੂੰ ਬੰਦਨਾ ਪਊ ਇਤਿਹਾਸ ਨੇ ਤੁਹਾਨੂੰ ਮਾਫ ਨਹੀਂ ਕੀਤਾ ਸਾਹਿਬ ਤੁਹਾਨੂੰ ਸੋਚਣਾ ਪਊਗਾ ਕਾਲੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਜਿਹਦੇ ਕਦੀ 70 75 80 ਐਮਐਲਏ ਹੁੰਦੇ ਅੱਜ ਵਿਧਾਨ ਸਭਾ 'ਚ ਤਿੰਨ ਬੈਠੇ ਆ ਇਹ ਸਮਝਦੇ ਦੀ ਕਿ ਲੋਕਾਂ ਨੇ ਸਾਨੂੰ ਕੀ ਸਜ਼ਾ ਦਿੱਤੀ ਆ ਇਹਨੂੰ ਪਤਾ ਨਹੀਂ ਲੱਗਦਾ ਸਰ ਇਹ ਇਹ ਜਿਹੜੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਵਿੱਚ ਇੱਕ ਪੂਰੀ ਵੋਟ ਚੋ ਬਾਅਦ ਉਹਨਾਂ ਲੋਕਾਂ ਦੀਆਂ ਬਸ ਹਿੱਸਾਂ ਲੱਗੀਆਂ ਇਹਨਾਂ ਨੂੰ ਫੇਰ ਦੁਬਾਰਾ ਕਰਦੇ ਲੋਕਾਂ ਚਾਂ ਲੰਗਣ ਗਿਆ ਜੀ ਆਊਗਾ ਜੀ ਆਊਗਾ ਜੀ ਸਾਡ ਪਹਿਲੀ ਤੀਕ ਨੂੰ ਕੋਈ ਟੀਮ ਆਉਗੀ ਤੇ ਉਹ ਸਰਕਾਰ ਹੈਗੀ ਆ ਇਹਨਾਂ ਦੀ ਲੋੜ ਨਹੀਂ ਹੈ ਜੀ ਤੁਸੀਂ ਵਿਰੋਧ ਕਰੋਗੇ बतौर ਸਰਕਾਰ ਦੇ ਵਿੱਚ ਬੈਠ ਕੇ ਵਿਰੋਧ ਕਰ ਸਕਦੇ ਜਿਵੇਂ ਜਦੋਂ ਅਸੀਂ ਪਾਣੀ ਨਹੀਂ ਦੇਣਾ ਅਸੀਂ ਤਾਂ ਪਹਿਲਾਂ ਕਿਹਾ ਜੀ ਪਾਣੀ ਨਹੀਂ ਆਣੀ ਅਸੀਂ ਤਾਂ ਕਿਹਾ ਪਹਿਲਾਂ ਪਾਣੀ ਦਾ ਸਰਵੇ ਕਰ ਲੋ ਪਾਣੀ ਹੈਗਾ ਹੈ ਕਾਦੀ ਦੀ ਗੱਲ ਬਣਾਉਣੀ ਕਰਦੇ ਲਈ ਹੈ ਜੀ ਦੱਸੋ ਜੋ ਪਾਣੀ ਨਹੀਂ ਹੈਗਾ ਸਾਡਾ ਕਲੀਅਰ ਕੱਟ ਸਟੈਂਡ ਹੈ ਜੀ ਜੋ ਮਰਜ਼ੀ ਕਰਨਾ ਪਵੇ ਜੋ ਮਰਜ਼ੀ ਕਰਨਾ ਪਵੇ ਜੀ ਇੱਕ ਤੁੰਬਾ ਪਾਣੀ ਨਹੀਂ ਦੇਣਾ ਜੀ ਭਾਵੇਂ ਜੋ ਮਰਜ਼ੀ ਜੱਟ ਸਾਹਿਬ ਕਹਿੰਦੇ ਕਿ ਉੱਥੇ ਬਹਿਸ ਤਾਂ ਹੋਣੀ ਨਹੀਂ ਉੱਥੇ ਇੱਕ ਦੂਜੇ ਦਾ ਕਰੈਕਟਰ ਅਸੈਸੀਨੇਸ਼ਨ ਹੋਣਾ ਉੱਥੇ ਇੱਕ ਦੂਜੇ ਨੂੰ ਲਾਨਤਾ ਪਾਈਆਂ ਜਾਣੀਆਂ ਨੇ ਇੱਕ ਦੂਜੇ ਨੂੰ ਤੋਮਤਾ ਦਿੱਤੀਆਂ ਜਾਣੀਆਂ ਨੇ ਇਹਦੇ ਨਾਲ ਪੰਜਾਬ ਦਾ ਕੀ ਭਲਾ ਹੋਏਗਾ ਸਰ ਜੀ ਇਹ ਜਾਖੜ ਸਾਹਿਬ ਤਾਂ ਕਹਿੰਦੇ ਕਿਉਂਕਿ ਉਹਦਾ ਇੱਕ ਕਾਂਗਰਸ ਚ ਹੋਰ ਉਹ ਚਲ ਕੇ ਭਾਜਪੀ ਚ ਹੋਰ ਜੋ ਭਾਜਪੀ ਇਹ ਦੇਸ਼ ਚ ਕਰੀ ਉਹ ਉਹਨਾਂ ਨੂੰ ਪਤਾ ਕਿਉਂਕਿ ਜਾਖੜ ਸਾਹਿਬ ਨੂੰ ਪੰਜਾਬ ਦੇ ਲੋਕਾਂ ਪੁੱਛਣਾ ਸਰ ਅਜੇ 2-3 ਸਾਲ ਹੋਏ 2 ਸਾਲ ਹੋਏ ਸਾਡੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਪੰਜਾਬ ਦਾ ਕਿਸਾਨ ਬੈਠਾ ਸੀਗਾ ਜਾਖੜ ਸਾਹਿਬ ਨੂੰ ਭੁਲੇਖਾ ਸਾਜ ਜਦੋਂ ਲੋਕ ਸਵਾਲ ਲਈ ਮੈਦਾਨ ਚ ਜਾਣਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ 750 ਕਿਸਾਨ ਚੀਤ ਹੋਇਆ ਉਹਦਾ ਲੇਖਾ ਜੋਖਾ ਹੋਣਾ ਸਰ ਜੱਕੜ ਦਾ ਉਹਨੂੰ ਦੇਣਾ ਪੈਣਾ ਉਹਦਾ ਲੇਖਾ ਜੋਖਾ ਇਹ ਤੂੰ ਤਾਂ ਨਹੀਂ ਗਿਆ ਇਹ ਸੱਚ ਹੈ ਸਰ ਉਹਨਾਂ ਨੂੰ ਲੱਗਦਾ ਚੈਨ ਪੰਜਾਬ ਦੇ ਕਿਸਾਨ ਭੁੱਲ ਗਏ ਇਸ ਚੀਜ਼ ਨੂੰ ਕੋਈ ਨਹੀਂ ਭੁੱਲਿਆ ਸਰ ਪੰਜਾਬੀ ਜੋ 1.5 ਸਾਲ ਸਾਡਾ મોદી ਨੇ ਛੜਕਾਂ ਦੇ ਉੱਤੇ ਕੀਤਾ ਦਿੱਲੀ ਦੀਆਂ ਦੇ ਉੱਤੇ ਉਹਦਾ ਸਾਬ ਲੈਣਾ 750 ਕਿਸਾਨ ਉਹ ਉਹ ਜਿਹੜਾ ਸ਼ਹੀਦ ਹੋਇਆ ਜੱਕੜ ਸਾਹਿਬ ਉਹ ਲੈ ਕੇ ਆਉਣ ਕਾਹਦੀਆਂ ਤੂਬ ਤਾਂ ਲਾਉਣੀਆਂ ਜੀ ਤੂੰ ਤੂਬ ਤਾਂ ਕਿਉਂ ਨਾਉਣੀਆਂ ਬੱਚਿਆਂ ਹੀ ਕੋ ਇਮਚੋਲ ਬੱਚੇ ਆ ਤੂੰ ਤਾਂ ਗਾਦੀਆ ਲਾਉਣੀਆ ਸੀਐਮ ਸਾਹਿਬ ਆਪਣਾ ਪੱਖ ਦੱਸਣ ਗਿਆ 17 ਮਹੀਨਿਆਂ ਤੇ ਹੀ ਕੀਤਾ ਜੀ ਤੁਸੀਂ ਲਿਓ 70 ਸਾਲਾਂ 'ਚ ਕੀ ਕੀਤਾ ਸਾਡੇ 17 ਮਹੀਨੇ ਤੁਹਾਡੇ 70 ਮਹੀਨੇ 70 ਸਾਲ ਲਿਓ ਕਾਂਗਰਸ ਕਾਲੀਆਂ ਨੇ ਕੀ ਕੀਤਾ ਸਰ ਤੁਹਾਨੂੰ ਉਮੀਦ ਹੈ ਕਿ ਵਿਰੋਧੀ ਪਾਰਟੀ ਆਉਣਗੇ ਉੱਥੇ ਦੇਖੋ ਮੈਨੂੰ ਮੈਨੂੰ ਦੇ ਦੋ ਤੇ ਭੱਜੀ ਗਏ ਕਾਲੀ ਦੇ ਉਹ ਤਾਂ ਹੋਰ ਹੀ ਬੋਲੀ ਜਾਂਦਾ ਸੁਖਬੀਰ ਪਤਾ ਨਹੀਂ ਕੀ ਬੋਲੀ ਜਾਂਦਾ ਉਹਦਾ ਜਿਆ ਸਮਝ ਨਹੀਂ ਲੱਗਦੀ ਵੀ ਉਹ ਕੀ ਕਹਿੰਦਾ ਕੀ ਨਹੀਂ ਕਹਿੰਦਾ ਵੇਖੋ ਜਿਹਦੇ ਬਾਪ ਨੇ ਐਡਾ ਵੱਡਾ ਪਾਪ ਕੀਤਾ ਉਹਦੇ ਬੇਗੁਨਾ ਇੱਕ ਤਾਂ ਨਾ ਇਹ ਕਿਹਨੇ ਨੂੰ ਨਾ ਜਿਹੜਾ ਵਹਿਮ ਆ ਨੰਦਪ੍ਰੀਤ ਜਿਹੜਾ ਤੁਸੀਂ ਵੀ ਸਮਝੋ ਸੱਤ ਸਾਨੂੰ ਵੀ ਪਤਾ ਹੁਣ ਉਹ ਯੁੱਗ ਨਹੀਂ ਹੈ ਹੁਣ ਯੁੱਗ ਬਦਲ ਗਿਆ ਸੱਜਣ ਸੋਸ਼ਲ ਮੀਡੀਆ ਦਾ ਜੋ ਗਿਆ ਲੋਕ ਸਿਆਣੇ ਆ ਹੁਣ ਨਾ ਸਾਡੀਆਂ ਗਲਤ ਗੱਲਾਂ ਚਾਉਣਗੇ ਨਾ ਇੰਨਾ ਦੀ ਜਿਉਣਗੇ ਇਹ ਸਮਝਦੇ ਕਿ ਸਾਨੂੰ ਐਸੋਐਲ ਤੇ ਦੁਬਾਰਾ ਕਿਸ ਨੇ ਵੋਟ ਵਾਟ ਪਾ ਦੇਣੀ ਆ ਪੰਜਾਬ 'ਚ ਪਤਾ ਨਹੀਂ ਕਿਹੜੇ ਸ਼ਹੀਦ ਬਣ ਜਣਾ ਸੱਜ ਬਿਲਕੁਲ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਆ ਕਿ ਇਹੀ ਲੋਕ ਆ ਪੰਜਾਬ ਨੂੰ ਬਰਬਾਦ ਕਰਨ ਨਾਲੇ ਪੰਜਾਬ ਨੂੰ ਇੰਨਾ ਕਿਤੇ ਕੱਲਾ ਨਹਿਰ ਵਾਲੇ ਮਾਮਲੇ ਤੇ ਬਰਬਾਦ ਕੀਤਾ ਫੋਟਕਾ ਜਿਹਦਾ ਕਿੰਨੇ ਪਾਇਆ ਕਿਸਾਨਾ ਇਹਨਾਂ ਦੇ ਰਾਤ ਸੀਗੇ ਸੱਤ ਸਾਡਾ ਸਭ ਤੋਂ ਸਰਵੋੱਚ ਕਾਲ ਤਖਤ ਰਾਮਦੀ ਹਿਮਾਲੇ ਮਾਮਲੇ ਤੇ ਕਾਲ ਤਖਤ ਦੀ ਮਰਿਆਦਾ ਕਿਹਨੇ ਨੇ ਤੈਅ ਨੈਸ਼ ਕੀਤੀ ਇਸ ਪਰਿਵਾਰ ਨੇ ਕੀਤੀ ਬਦਗਾੜੀ ਕਾਣ ਕਿਹਨੇ ਨੇ ਕੀਤਾ ਇਹਨਾਂ ਦੇ ਰਾਤ ਚਾਏ ਜੋ ਸੁਖਬੀਰ ਉਹ ਮਿਨਿਸਟਰ ਮਸਲੇ ਕਿ ਦੇਖਿਆ ਯਾਰ ਨਸ਼ੇ ਇਹਨਾਂ ਦੇ ਰਾਤ ਚਾਏ ਹੁਣ ਅਸੀਂ ਉਹ ਤੇ ਕੰਟਰੋਲ ਕਰਨੇ ਆਂ ਸਾਬ ਉਹ ਕਹਿੰਦੇ ਸਰਕਾਰ ਤੁਹਾਡੀ ਹੈ ਜੇ ਅਸੀਂ ਕੁਝ ਗਲਤ ਕੀਤਾ ਸਾਨੂੰ ਅੰਦਰ ਦੇਓ ਫੜ ਕੇ ਅੰਦਰ ਦੇਓ ਤੁਸੀਂ ਵੇਟ ਕਿਹੜੀ ਗੱਲ ਦੇ ਵੇਟ ਕਿਉਂ ਕਰਦੇ ਵਕਤ ਦੇ ਨਾਲ ਵਕਤ ਦੇ ਨਾਲ ਜਿਹੜਾ ਦੇਖੋ ਅੰਦਰ ਦੇਣਾ ਨਹੀਂ ਹੈ ਕਿ ਕਿਦੋਂ ਅੰਦਰ ਦੇਣਾ ਕਿਦੋਂ ਨਹੀਂ ਦੇਣਾ ਇਹਨਾਂ ਨੇ ਜਰ ਸੱਤ ਜਿਹੜੀਆਂ ਹੱਦ ਇਹਨਾਂ ਦੀਆਂ ਹੱਥਾਂ ਦਿੱਤੀ ਹੱਥਾਂ ਨਾ ਦਿੱਤੀਆਂ ਜਿਹੜੀਆਂ ਕਹਿੰਦੇ ਨੇ ਮਾਜੇ ਦੇ ਵਿੱਚ ਹੱਥਾਂ ਨਾ ਦਿੱਤੀਆਂ ਭਗਵੰਤ ਮਾਨ ਦੰਦਾ ਨਾਲ ਖੁੱਲਣ ਡਿਆ ਬਚਦਾ ਸਾਬ ਲਾਂਗੇ ਇਦਾਂ ਕੋ ਹੱਥੀਂ ਦਾ ਸਾਬ ਲਾਂਗੇ ਜਾਂ ਇਹ ਤਾਂ ਇਹਨਾਂ ਦੀ ਤਾਂ ਗੱਲ ਛੱਡ ਦਿਓ ਜੀ ਇਹ ਤਾਂ ਕਹਿੰਦੇ ਕਹਿੰਦੇ ਸਾਡੇ ਪਾਪ ਇਦਾਂ ਸ਼ੁਭਗੇ ਛੋਬੀਦਾਂਗੇ ਮਾਲਵੇ ਦੀ ਤੱਤੀ ਛੋਜੂ ਬਦਗਾਰੀ ਵਾਲਾ ਕੰਮ ਸਾਡ ਉਹਦਾ ਉਹਦਾ ਹਿਸਾਬ ਦੇਣਾ ਪਊਗਾ ਕੌਣ ਉਹ ਮਿਨਿਸਟਰੀ ਦੀ ਉਹ ਤੋਂ ਸੁਖਬੀਰ ਬਾਦਲ ਉਹ ਮਿਨਿਸਟਰੀ ਪੰਜਾਬ ਦਾ ਉਹਨਾਂ ਦਾ ਬਾਪ ਕੀ ਮਿਨਿਸਟਰ ਸੀਗਾ ਨਸ਼ੇ ਆਏ 10 ਸਾਲ ਉਹਨਾਂ ਦਾ ਰਾਜ ਰਿਆ ਸਰ ਕਿੱਦਾਂ ਆਏ ਕਿੰਨੇ ਲੋਕ ਕੈਪਟਨ ਦੇ ਰਿਆ ਉਸ ਤੋਂ ਬਾਅਦ 5 ਸਾਲ ਕੀ ਕੀਤਾ ਜਾਂਦਾ ਕਿੰਨੇ ਹਿਸਾਬ ਦੇਣਾ ਸਾਡੇ ਸਾਡੇ ਪੁੱਤ ਭਤੀਜੇ ਭਰਾ ਜਿਹੜੇ ਯਾਰ ਇਹਨਾਂ ਦੇ ਨਾਂ ਦੇ ਤੇ ਮਰ ਲਈ ਰੱਖੇ ਇਹ ਕਿਉਂ ਦੀ ਮਰਦੇ ਆਪ ਜੀ ਇਨਰ ਕੁੱਪ ਕੋਈ ਪੋਸਟ ਕੋਪਤੀ ਜਾ ਕੋਪਰਾ ਮਧਿਆ ਕੇ ਮੋਥੇ ਦੇ ਵਿੱਚ ਸਾਡੇ ਮਰਲੇ ਰੱਖਿਆ ਜਾਂਦਾ ਇਹਨਾਂ ਦੀ ਇਹਨਾਂ ਦੀਆਂ ਗੱਲਾਂ ਕਰਕੇ ਇਹ ਰਾਜਕਰਨ ਇਹਨਾਂ ਦੇ ਪੁੱਤ ਮਸੜੀ ਗੱਡੀਆਂ ਤੋਂ ਫਿਰ ਇਹਨਾਂ ਦੀਆਂ ਚੰਡੀਗੜ੍ਹਾ ਤੇ ਦਿੱਲੀ ਤੇ ਗੜਗਾਉਂ ਦੇ ਵਿੱਚ ਕੋਠੀਆਂ ਸਾਡੇ ਪੁੱਤ ਮਦਨ ਕੋਈ ਕੋਈ ਮੁਕਾਬਲਿਆਂ 'ਚ ਮਸਦੇ ਕੋਈ ਕਿਦੇ ਮਸਦੇ ਕੋਈ ਕਿਦੇ ਮਸਦੇ ਅਈ ਇਸ ਕੰਮ ਲਈ ਤਾਂ ਇਹ ਬਸ ਉਹ ਨਮਰੋਧੀ ਲਗਾਤਾਰ ਇਹ ਦਾਵਾ ਕਰਦੇ ਨੇ ਕਿ ਹਰਿਆਣਾ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਪੰਜਾਬ ਦੇ ਪਾਣੀਆਂ ਤੇ ਦਾਵਾ ਕਰ ਰਹੀ ਹੈ ਆ ਆਮ ਆਦਮੀ ਪਾਰਟੀ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਪ੍ਰੋਵਾਈਡ ਕਰ ਰਹੀ ਹੈ ਮੰਚ ਪ੍ਰੋਵਾਈਡ ਕਰ ਰਹੀ ਹੈ ਉਹ ਸਰਕਾਰੀ ਕੋਠੀਆਂ 'ਚ ਬੈਠ ਕੇ ਇੰਟਰਵਿਊਜ਼ ਕਰ ਰਹੇ ਨੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਤਾਂ ਕਹਿ ਰਹੇ ਨੇ ਕਿ ਇਹ ਦੇਖੋ ਜੀ ਇਹ ਪੰਜਾਬ ਦਾ ਪਾਣੀ ਦੇ ਕੇ ਹਟਣਗੇ ਸੱਤ 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 ਜਿਹੜੀ ਇਹ ਗੱਲ ਕਹਿੰਦੇ ਸਾਰੀ ਉਮਰ ਭਾਜਪੀ ਤੇ ਅਕਾਲੀ ਦਲ ਦਾ ਗੱਠ ਜੋੜਦੇ ਆ ਸਮਝਦੇ ਗਏਗਾ ਪੰਜਾਬ ਚ ਕੈਪਟਨ ਚੀਫ ਮਿਨਿਸਟਰ ਦੀ ਉੱਥੇ ਹੁੱਡਾ ਹੈ ਹੁੱਡਾ ਕਹਿੰਦਾ ਸੀ ਪਾਣੀ ਲੈਣਾ ਜੀ ਹਿਦਿਆਣੇ ਤੋਂ ਲੈਣਾ ਹੀ ਲੈਣਾ ਹਰ ਸਟੇਟ ਦਾ ਆਪਣਾ ਇੱਕ ਮਤਲਬ ਜੇ ਪਾਰਟੀ ਬਕੋ ਬਕ ਦੀ ਠੀਕ ਹੈ ਕੋਈ ਆਮ ਆਦਮੀ ਪਾਰਟੀ ਦਾ ਕੋਥੇ ਹਰਿਆਣੇ ਦੇ ਬੀਜੇਪੀ ਵਾਲੇ ਲੀਡਰ ਉਹ ਵੀ ਤਾਂ ਅੱਜ ਕਹਿੰਦੇ ਆ ਜੱਖੜ ਨੂੰ ਕਹੋ ਉੱਥੇ ਜਾ ਕੇ ਕਹੋ ਲੈ ਜੱਖੜ ਜੀ ਇੰਨਾ ਕਹਿੰਦਾ ਜੱਖੜ ਨੂੰ ਕਹੋ ਬਿਆਨ ਦਵਾਵੇ ਖੱਟਰ ਕੋ ਸਾਨੂੰ ਪਾਣੀ ਦੀ ਚਾਹੀਦਾ ਜੇ ਕਹਿੰਦੇ ਆ ਤੇ ਜੱਖੜ ਬਿਆਨ ਦਵਾ ਦੇ ਉਹਨਾਂ ਕੋ ਅਗਰੇ ਪ੍ਰਤਾਪ ਬਾਈ ਹੋਣੀ ਇੰਨੇ ਕਿਲਦੇ ਆ ਇਹਨਾਂ ਨੂੰ ਕਹੋ ਹਰਿਆਣਾ ਕਾਂਗਰਸ ਕੋ ਬਿਆਨ ਦਵਾ ਕੇ ਦਿਖਾਓ ਤੁਹਾਨੂੰ ਪਤਾ ਲੱਗ ਜੂ ਹੁੱਡਾ ਅੱਜ ਹੀ ਬਿਆਨ ਦੇ ਦੇ ਹੁਣ ਤਾਂ ਸਾਬਕਾ ਜੀ ਮੰਤਰੀ ਉਹਨੂੰ ਕਹੋ ਬਿਆਨ ਦੋ ਵੀ ਭਲਾ ਵੀ ਸਾਨੂੰ ਨਹੀਂ ਪਾਣੀ ਚਾਹੀਦਾ ਜੀ ਸਭ ਹਰਿਆਣੇ ਦੇ ਲੀਡਰਾਂ ਦਾ ਇੰਟਰਸਟ ਵਕ ਕੋਕ ਦਾ ਜਿਹੜਾ ਸਟੇਟ ਆ ਉਹ ਹਰ ਇੱਕ ਦਾ ਸਟੇਟ ਦਾ ਵਕਤਾ ਅਸੀਂ ਪੰਜਾਬੀਆਂ ਯਾਰ ਅਸੀਂ ਆਪਣੇ ਪੰਜਾਬ ਦਾ ਖੜੇ ਆ ਪੰਜਾਬ ਤੋਂ ਅਸੀਂ ਨਹੀਂ ਪਾਣੀ ਦਿੰਦੇ ਜੀ ਠੀਕ ਆ ਉਹਨਾਂ ਦੀ ਪ੍ਰੋਬਲਮ ਆ ਸੈਂਟਰ ਗਵਰਨਮੈਂਟ ਹੱਲ ਕਰੇ ਉਹਨਾਂ ਦੀ ਪਦੋਂ ਜਮਨਾ ਚੋਂ ਪਾਣੀ ਲੈਣਾ ਆਪਣਾ ਸਮਝਦੇ ਕਿ ਗੱਲ ਇਸ ਕਰਕੇ ਆਮ ਆਦਮੀ ਪਾਰਟੀ ਹਿਦਿਆਨੇ ਦੀ ਕੀ ਕਹਿੰਦੀ ਆ ਕਿੱਥੇ ਕੀ ਕਹਿੰਦੀ ਆ ਦਿੱਲੀ ਸਾਡੇ ਇਹ ਕੁਝ ਚੀਜ਼ਾਂ ਕਹਿਣ ਵਾਲੀਆਂ ਸੇਮ ਤੇ ਗਿਆ ਤੁਹਾਡੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਤੁਹਾਡੇ ਵੀ ਬੰਦੇ ਉਹੀ ਸਟੈਂਡ ਲੈਂਦੇ ਆ ਜੋ ਸਾਡੇ ਬੰਦਿਆਂ ਦਾ ਸਟੈਂਡ ਆ ਕਿਉਂਕਿ ਹਰ ਸਟੇਟ ਦਾ ਆਪਣਾ ਇੱਕ ਇਸ਼ੂ ਆ ਸਾਡਾ ਆਪਣਾ ਇਸ਼ੂ ਆ ਮਾਨ ਸਾਹਿਬ ਦਾ ਸਾਡਾ ਆਪਣਾ ਇਸ਼ੂ ਆ ਕਿ ਅਸੀਂ ਪੰਜਾਬ ਦੇ ਲੀਡਰ ਆ ਪੰਜਾਬ ਦੇ ਲੋਕਾਂ ਨੇ ਸਾਨੂੰ ਚੁਣ ਕੇ ਕਿਹਾ ਅਸੀਂ ਪੰਜਾਬ ਦੇ ਹਿੱਤਾਂ ਲਈ ਜ਼ਿੰਦਗੀ ਦੇ ਆਖਰੀ ਦਮ ਤੱਕ ਲੜਦੇ ਰਾਂਗੇ ਜੀ ਭਾਵੇਂ ਜੋ ਮਰਜ਼ੀ ਹੋ ਬਿਲਕੁਲ ਠੀਕ ਤਾਲੀਵਾਲ ਸਭ ਤੇ ਨਾਲ ਦੀ ਨਾਲ ਜਿਹੜੇ ਭਾਜਪਾਈ ਉਹ ਹੁਣ ਕਾਂਗਰਸੀ ਬਣ ਗਏ ਦੁਬਾਰਾ ਫੇਰ ਘਰ ਵਾਪਸੀਆਂ ਹੋ ਗਈਆਂ ਉਹ ਕਹਿੰਦੇ ਕਿ ਰਾਹੁਲ ਗਾਂਧੀ ਦੇਸ਼ ਦੇ ਵਿੱਚ ਮਜ਼ਬੂਤ ਲੀਡਰ ਬਣ ਰਹੇ ਨੇ 2024 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਣੀ ਹੈ ਤੇ ਉਲਟਾ ਗੇੜ ਸ਼ੁਰੂ ਹੋ ਗਿਆ ਸਿਆਸਤ ਦੀ ਇਸ ਉਲਟੀ ਗਿਣਤੀ ਦੇ ਉਲਟ ਫੇਰ ਨੂੰ ਤੁਸੀਂ ਕਿਵੇਂ ਦੇਖ ਰਹੇ ਨਹੀਂ ਦੇ ਕੋਈ ਉਲਟ ਫੇਰ ਨਹੀਂ ਪਹਿਲਾਂ ਉਹ ਤਾਂ ਬੀਜਪੀ ਵਾਲਿਆਂ ਨੂੰ ਖੜੇ ਸਾਰਿਆਂ ਨੂੰ ਉਹਨਾਂ ਦੇ ਪਤਾ ਪਤਾ ਦੀ ਕਿਹੜਾ ਇੱਕ ਉਹ ਕਹਿੰਦੇ ਸਲ ਫਾਇਆ ਨਵਾਂ ਉੱਚ ਨਵਾਂ ਆਇਆ ਇਹਨਾਂ ਨੂੰ ਸਾਰੇ ਨੂੰ ਨਵਾ ਕੇ ਕਾਂਗਰਸੀਆਂ ਨੂੰ ਵੀ ਇਹ ਬੜੇ ਸਾਫ਼ ਸੁਥਰੇ ਆ ਜੀ ਬਹੁਤ ਵਧੀਆ ਜੀ ਕੱਲ ਮੈਨੂੰ ਕੋਈ ਦੱਸ ਰਿਹਾ ਸੀ ਕਿ ਹੁਣ ਰਾਜੇ ਬੜਿੰਗਦੇ ਤੇ ਪ੍ਰਤਾਪ ਬਾਜਵੇਂ ਦੇ ਇੱਕ ਸਾਬਨ ਲਿਆਂਦਾ ਦਾ ਵੀ ਕਿਸਮ ਦਾ ਜਿਹੜੇ ਉਦੋਂ ਕਾਂਗਰਸੀ ਆ ਰਹੇ ਕੱਡੇ ਕੜਾਈ ਪਜਾਦੇ ਉਦੋਂ ਮਿਲਿਆ ਕੁਛ ਨਹੀਂ ਹੁਣ ਉਹਨਾਂ ਨੂੰ ਨਵਾ ਨੂੰ ਕੇ ਉਦੋਂ ਇੱਥੇ ਚੰਡੀਗੜ੍ਹ ਲਿਉਣ ਕੇ ਪਿੱਲਾ ਰਾਜਾ ਬੜਿੰਗ ਤੇ ਉਹਨਾਂ ਨੂੰ ਨੂੰ ਆਣ ਗਏ ਯਾਦ ਆਪਾਂ ਨੂੰ ਤੇ ਸ਼ਰਮ ਆਉਂਦੀ ਹੈ ਗੱਲਾਂ ਕਰਦੇ ਆ ਇਹ ਇਹ ਕੋ ਕੰਮ ਹੈ ਸਾਡੇ ਲੀਡਰਾਂ ਦੇ 6 ਮਹੀਨੇ ਉਦੋਂ 6 ਮਹੀਨੇ ਇੱਧਰ ਆਪਾਂ ਪੰਜਾਬ ਦੀ ਜਨਤਾ ਨੂੰ ਬੇਖੂਬ ਸਮਝਦੇ ਆਬੇ ਬੇਕੂਫਾ ਪੰਜਾਬ ਦੀ ਜਨਤਾ ਯਾਰ ਕਿ ਇਹਨਾਂ ਨੂੰ ਦੁਬਾਰਾ ਵੋਟਾਂ ਪਾ ਦੂਗੀ ਬੜੇ ਖੁਸ਼ ਹੋਦੇ ਪ੍ਰਤਾਪ ਬਾਜਵੇਣੀ ਜਿੱਦਾਂ ਜੀ ਅਸੀਂ ਪਤਾ ਕਿੱਥੋਂ ਬੰਦੇ ਲੈਣ ਓ ਯਾਰ ਤੁਹਾਡਾ ਇਹੀ ਮਾਲ ਹੀ ਪ੍ਰਤਾਪ ਬਾਜਵਾ ਜੀ ਦਾ ਮਾਲ ਸੀਗਾ ਇਹ ਕੋਈ ਹੋਰ ਕੇ ਨਾ ਤੁਹਾਨੂੰ ਮਾਲ ਹੀ ਇਹਨਾਂ ਦੀ ਮੰਡੀ ਦਾ ਮਾਲ ਹੀ ਔਰ ਮੰਡੀ ਜੀ ਇਹੀ ਵੇਖਦੇ ਜਾਂਦੇ ਇਹੀ ਇਹਨਾਂ ਦਾ ਮੁੱਲ ਪੈਂਦਾ ਹੋ ਕੇਦਾ ਨਹੀਂ ਪੈਂਦਾ ਸਾ ਸਾਡਾ ਕੋਈ ਤਾਂ ਦਾ ਕੋਈ ਕੰਮ ਨਹੀਂ ਆ ਜੀ 32 ਐਮਐਲਏ ਤੁਹਾਡੀ ਪਾਰਟੀ ਦੇ ਵੀ ਬਾਜਵਾ ਸਾਹਿਬ ਦੇ ਸੰਪਰਕ ਚ ਨੇ ਉਹ ਕਹਿੰਦੇ ਲਿਸਟ ਹੁਣ ਹੋਰ ਵੱਡੀ ਹੋ ਗਈ ਐ ਕਈ ਮੰਤਰੀ ਵੀ ਸੰਪਰਕ ਦੇ ਵਿੱਚ ਨੇ ਜਦੋਂ ਬਾਜਵਾ ਸਾਹਿਬ ਆਪਣੇ ਭਰਾ ਨੂੰ ਆਪਣੇ ਸੰਬੰਧ ਚ ਲਾਇਆ ਹੋਣਗੇ ਨਾ ਆਪਣੇ ਭਰਾ ਨੂੰ ਲਾਇਆ ਉਹਨੂੰ 32 ਸਾਡੇ ਤੋਂ ਛੱਡੋ ਜੀ ਮੈਂ ਤਾਂ ਉਹਨਾਂ ਨੂੰ ਕਿੰਨੀ ਜਾਂਦਾ ਕਹਾਂ ਚ ਫੇਰ ਕਹਿੰਨਾ ਪੰਜ ਨੇ ਪੰਜ ਦੇ ਮਾਜੇ ਦੇ ਐਮਐਲਏ ਇਸ ਵੇਲੇ ਸੋਕ ਸਰਕਾਰੀਆ ਜੀ ਸਖਜਿੰਦਰ ਦਾਵਾ ਜੀ ਤਿੱਪਤ ਬਾਜਵਾ ਜੀ ਉਹ ਆਪਣੇ ਮੈਡਮ ਦਿਨਾਂ ਦਾ ਅਰਨਾ ਰਾਣੀ ਜੀ ਅਰਨਾ ਚੌਧਰੀ ਜੀ ਪਾੜਾ ਜੀ ਪੰਜ ਦਿਨ ਲੈ ਪ੍ਰਤਾਪ ਬਾਜਵੇ ਦਾ ਨਾਮ ਮੇਰਾ ਗਲਮ ਤੋਂ ਉਹਦੀਆਂ ਤੇ ਗੱਲਾਂ ਦੇ ਵੇਖੇ ਹੱਸਾ ਹੁੰਦਾ ਬਚਾਰੇ ਦੀ ਇਹਦੇ ਲੈ ਇਹਦਾ ਪੰਜਾ ਜੋ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਅਸੀਂ ਪ੍ਰਤਾਪ ਬਾਜਵੇ ਦਾ ਜੀ ਇੱਕ ਬੰਦਾ ਉਹ ਲੀਡਰ ਨੇ ਉਹਨਾਂ ਦੇ ਪਾਰਟੀ ਦੇ ਐਲੋਪੀ ਨੇ ਉਹ ਦਿੱਲੀ ਵਾਲਾ ਲਾਇਆ ਗੁਰੂਆ ਇਹ ਕਾਂਗਰਸ ਦਾ ਕਲਚਰ ਆ ਉਹ ਕਹਿਣ ਉਹ ਕਹਿਣਗੇ ਇਹਦੇ ਦੋਹਰ ਗੰਦੀ ਦੇ ਨਾਲ ਆ ਜੀ ਅਈਦਾ ਕਾਂਗਰਸ ਨਾਲ ਉਹ ਬਾਜੂ ਬੂਜਨ ਕੀ ਇਹ ਉਹੀ ਪੰਜ ਨੇ ਸੋਦੋ ਉਹੀ ਪੰਜ ਨੇ ਜਿਨ੍ਹਾਂ ਨੇ ਪਿਛਲੇ 5 ਸਾਲਾਂ ਚ ਪ੍ਰਤਾਪ ਬਾਜਵੇ ਨੂੰ ਵਿਚਾਰੇ ਨੂੰ ਮਾਲਾ ਨਹੀਂ ਲੰਗ ਦਿੱਤਾ ਉਹੀ ਨੇ ਉਹੀ ਉਹੀ ਪੰਜ ਨੇ ਇਹਨਾਂ ਨੂੰ ਕਹਿੰਦੇ ਮਾਜਾ ਬਦਗੇੜ ਸੋਹਣੇ ਦੀ ਗੱਲ ਤੇ ਮੈਂ ਤੋਦ ਕਹਿੰਦਾ ਤੂੰ ਸਾਡੇ 32 ਦਾ ਗਿਣ ਗੁਦਾ ਪਹਿਲਾਂ ਤਾਂ ਆਪਣਾ ਭਰਾ ਭਰਾ ਵੇਖ ਉਹ ਕਿਦੇ ਸੰਬੰਧ ਕਿ ਤੇ ਇਹਨਾਂ ਪੰਜਾਂ ਚੋਂ ਕਿਹ ਇੱਕ ਦਾ ਇੱਕ ਦੀ ਕਹਿਣ ਚਹੀਏ ਇੱਕ ਦਾ ਹੱਥ ਘੜਾ ਕਰਕੇ ਦਿਖਾਇਆ ਸੁੱਕੀਦਾਵੇਂ ਨਹੀਂ ਅਹੀ ਪ੍ਰਤਾਪ ਬਾਜਵੇ ਨਾਲ ਜੀ ਗਾਂਧੀ ਯਾਰ ਮਜ਼ਾ ਆਦੇ ਦੇ ਕਹਿ ਦਿੰਦੇ ਨਹੀਂ ਉਹ ਕਿਹਦੇ ਨਾਲ ਨੇ ਫਿਰ ਉਹ ਲੀਡਰ ਆਫ অপੋਜੀਸ਼ਨ ਨੇ ਬੋਲਦੇ ਰੋਹ ਗਾਂਧੀ ਦੇ ਨਾਲ ਨੇ ਉਹ ਹੱਸ ਦੇ ਦੀਆਂ ਗੱਲਾਂ ਤੇ ਜਦੋਂ ਇਹ ਬੋਲਦਾ ਫਸੋ ਜਦੋਂ ਵੀ ਵੇਖਿਆ ਜਦ ਕਿੱਥੇ ਮੁਕਤੀ ਦੀ ਕਿੱਥੇ ਬੋਲਣ ਰਿਹਾ ਉਦੋਂ ਵੀ ਇਹਨੇ ਕਿਹਾ ਵੀ 32 ਉਹ ਦਾਵਾ ਕਹੇ ਦਾਵਾ ਕਹਿੰਦਾ ਛੱਡੋ ਜੀ ਉਹ ਕਿਹੜੀ ਗੱਲ ਤੇ ਬਾਈ ਸਾਹਿਬ ਤੁਸੀਂ ਕਿਉਂਕਿ ਤੁਹਾਨੂੰ ਪਤਾ ਵੀ ਅਸੀਂ ਤੇ ਆਪ ਵੀ ਇਹਨਾਂ ਦੇ ਸੰਬੰਧ ਚ ਇਹ ਉਦਾਂ ਹੀ ਮਾਰੀ ਜਾਂਦੇ ਜਿਹੜੇ ਬੰਦੇ ਦਾ ਆਪਣਾ ਭਰਾ ਦੀ ਹੈਗਾ ਉਹ ਬੰਦੇ ਦਾ ਯਾਰ ਕਿਹੜਾ ਬੰਦਾ ਤੇ ਜਾ ਤੁਰ ਨਾਰੇ ਸਾਹਿਬ ਨੋਟ ਕਰ ਲੋ ਸਾਡੀ ਸਾਡੀ ਪਾਰਟੀ ਦਾ ਕੋਈ ਬੰਦਾ ਮੰਡੀ ਚ ਵਿਕਣ ਵਾਲਾ ਨਹੀਂਗਾ ਇਹਨਾਂ ਦੇ ਕਾਂਗਰਸ ਕਾਲੀਆਂ ਦਾ ਕਰੈਕਟਰ ਹੈ ਕਿ ਅੱਜ ਉਧਰ ਦਾ ਅੱਧ ਤੇ ਭਲਕੇ ਉਧਰ ਜਿੱਥੇ ਮੁੱਲ ਚੰਗਾ ਪੈ ਜਾਂਦਾ ਉਧਰ ਨੂੰ ਪਿਓ ਤੇ ਪੁੱਤ ਤੋਰਦੇ ਉਹ ਦੋ ਕਾਲੀ ਕਾਲੀ ਨਾਲ ਚੋਂ ਵਾਪਸ ਆਇਆ ਪਹਿਲਾਂ ਸੁਖਬੀਤ ਜੀ ਕਹਿੰਦੇ ਕਿ ਬਹੁਤ ਜ਼ਬਰਦਸਤ ਬੰਦੇ ਨੇ ਜੀ ਇਹਦਾ ਆਜੀ ਇਹਨਾਂ ਨੇ ਉਹ ਬੋਰ ਫਾਜ਼ਿਲ ਕਾ ਜੀ ਬੜਾ ਜੀ ਸਾਹਮਣੇ ਰੱਖਿਆ ਹੁਣ ਉਹ ਫੇਰ ਕਾਂਗਰਸ ਚਲ ਗਏ ਹੁਣ ਉਹਨਾਂ ਨੂੰ ਕਹਿੰਦੇ ਜਦੋਂ ਪਾਰਟੀ ਜੋ ਕਰਤਾ ਜੀ ਉਹ ਜੀਤਵੇਂ ਦਾ ਸਿੱਧੂ ਹੋਣੀ ਬਚਾਦੇ ਉਹ ਵੀ ਐਦਾਂ ਦਾ ਬਈ ਇਹਨਾਂ ਇਹਨਾਂ ਦੀ ਪਾਰਟੀ ਦਾ ਕਰੈਕਟਰ ਹੈ ਸਾਡਾ ਸਾਡੀ ਪਾਰਟੀ ਲਈ ਬੀਜੇਪੀ ਨੇ ਪੰਜਾਬ 'ਚ ਜੋਰ ਲਾਇਆ ਦਿੱਲੀ 'ਚ ਕਿਦਾਂ ਜੋਰ ਲਾਇਆ ਵੀ ਬੰਦੇ ਖਰੀਦ ਕੇ ਸਰਕਾਰ ਤੋੜ ਦिए ਇੱਥੇ ਵੀ ਲਾ ਕੇ ਵੇਖ ਲਿਆ ਪਹਿਲੇ ਸਾਹਿਬ ਇੱਕ ਵੀ ਟੁੱਟਕ ਦੇ ਤੋੜ ਕੇ ਦਿਖਾਉਣ ਗੱਲਾਂ ਨਾਲ ਉਦੋਂ ਉਦੋਂ ਬੜੇ ਬੁਖਾਈ ਜਾਂਦੇ ਆ ਉਦੋਂ ਹੀ ਗੱਲਾਂ ਨਾਲ ਸਮਝ ਦੇ ਗੀ ਗੱਲ ਉਹ ਸੁਭਰੇ ਲੈਣੇ ਛੱਡ ਦਿੰਦੇ ਯਾਰ ਹੁਣ ਪੰਜਾਬ ਦੇ ਲੋਕਾਂ ਨੇ ਕਾਂਗਰਸ ਕਾਲੀਆਂ ਨੂੰ ਅਗਲੇ 15 20 ਸਾਲ ਕੋਈ ਵੋਟ ਨਹੀਂ ਪਾਉਣੇ ਨਾ ਇਹਨਾਂ ਦੇ ਕਿਤੇ ਪੈਰ ਲੱਗਣੇ ਇਹ ਦੇਵੇਂ ਇਦੋਂ ਦੁੱਧ ਦਿੰਦੀਆਂ ਮਾਰੀ ਜਾਂਦੇ ਸਭ ਦੇ ਗੀ ਗੱਲ ਨਾ 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 ਦੀਆਂ ਤਾਂ ਗੱਲਾਂ ਤੇ ਲੋਕ ਹੱਸਦੇ ਆ ਜਦੋਂ ਇਦਾਂ ਬੋਲਦੇ ਥੱਲੇ ਸੋਸ਼ਲ ਮੀਡੀਆ ਦੇ ਵੇਖਿਆ ਕੋਲੋਂ ਮੈਂ ਘੱਟ ਜਾਂਦਾ ਸੋਸ਼ਲ ਮੀਡੀਆ ਤੇ ਥੱਲੇ ਕਮੈਂਟ ਵੇਖਿਆ ਕੋਲੋਂ ਕੀ ਦਿੰਦੇ ਲੋਕ ਫੇਰ ਨਹੀਂ ਲੱਗਦੀ ਦੇਖੋ ਪ੍ਰਤਾਪ ਬਾਜੂ ਹਣੀ ਫੇਰ ਨਹੀਂ ਲੱਗਦੀ ਭੀ ਇੰਦਰਾ ਗਾਂਧੀ ਕੋਲੋਂ ਤੁਹਾਡੀ ਜਦੋਂ ਤੁਸੀਂ ਮੰਮੀ ਜੀ ਕਹਿੰਦੇ ਸੀ ਜਿਹੜੀ ਤੁਹਾਡੀ ਲੀਡਰੀ ਜਿਹੜੀ ਤੁਹਾਡੀ ਪ੍ਰਧਾਨੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਉਹਦੇ ਟੱਪ ਲਾ ਗਈ ਉਹਦੇ ਸਾਰਾ ਗੜਬੜ ਕਰ ਗਈ ਪੰਜਾਬ ਤੇ ਲਊ ਲਾਨ ਕਰ ਗਈ ਪੰਜਾਬ ਨੂੰ ਫੇਰ ਤੁਸੀਂ ਬਸੀ ਜਾਂਦੇ ਹੋ ਜੀ ਅਸੀਂ ਤਾਂ ਕਾਂਗਰਸ ਦੀ ਇਦਾਂ ਜੀ ਅਦਾਂ ਜੀ ਲੋ ਇਹ ਇਨ ਦਾ ਕਲਚਰ ਹੈ ਸਾਡਾ ਇਨ ਦਾ ਕਲਚਰ ਹੈ ਪਹਿਲਾਂ ਕਈਆਂ ਵੀ ਲੈ ਆਉਂਦੇ ਆ ਫਿਰ ਪਾਣੀ ਦੇ ਰੱਖੇ ਵੀ ਬਣ ਜਾਂਦੇ ਆ ਸਰਦਾਰ ਸਾਹਿਬ 2 ਦਿਨ ਦਾ ਸੈਸ਼ਨ ਹੈ 20 ਤੇ 21 ਅਕਤੂਬਰ ਨੂੰ ਐਸਵਾਈਐਲ ਦਾ ਮਸਲਾ ਵਿਸ਼ੇਸ਼ ਕਰਕੇ ਗੁੰਜਣਾ ਹੈਗਾ ਕਿਉਂਕਿ ਵਿਰੋਧੀ ਪਾਰਟੀਆਂ ਲਗਾਤਾਰ ਤਿਆਰੀ ਕਰ ਰਹੀਆਂ ਨੇ ਇਸ ਮਸਲੇ ਤੇ ਸਰਕਾਰ ਨੂੰ ਘੇਰਨ ਦੀ ਤੇ ਨਾਲ ਦੇ ਨਾਲ ਉਹ ਕਹਿ ਰਹੇ ਨੇ ਕਿ ਸਾਡੀ ਪਾਰਟੀ ਦੇ ਲੀਡਰ ਨੂੰ ਫੜ ਫੜ ਅੰਦਰ ਸੁੱਟੀ ਜਾ ਰਹੀ ਹੈ ਸੁਖਪਾਲ ਖਹਿਰੇ ਦਾ ਵੀ ਐਗਜ਼ਾਮਪਲ ਹੈ ਹੋਰ ਵੀ ਕਈ ਮਸਲੇ ਹੋ ਸਕਦੇ ਨੇ ਸਰਕਾਰ ਦੀ ਕੀ ਤਿਆਰੀ ਹੈ ਨਹੀਂ ਨਹੀਂ ਤਿਆਰੀ ਹੈ ਸਾਡੀ ਸਾਡੇ ਕੋਲ ਜਦੋਂ ਪ੍ਰੋਗਰਾਮ ਆ ਗਿਆ ਪੂਰਾ ਤਿਆਰੀ ਨਾ ਜਾਵਾਂਗੇ ਕੋਈ ਵੀ ਜੋ ਵੀ ਪੁੱਛਣਗੇ ਇਹ ਕੋਈ ਪੁੱਛਦਾ ਪਾਇਦਾ ਨਹੀਂ ਕੋਈ ਹੁੰਦੇ ਆ ਮੈਂ ਕਿਹਾ ਤਿੰਨ ਚਾਰ ਸੈਸ਼ਨ ਹੋ ਗਿਆ ਇਹ ਜਦੋਂ ਆਪਣੀ ਦਿਨ ਦੇ ਨਾ ਬਾਇਓ ਡਾਟਾ ਮੈਂ ਤਿੰਨ ਦਾ ਐਮ ਐਲ ਏ ਰਿਹਾ ਜੀ ਇੰਦੀ ਰ ਐਮ ਪੀ ਦਿਆ ਜੀ ਇੰਦੀ ਰ ਮਨਿਸਟਰ ਰਿਹਾ ਜੀ ਆ ਰਿਹਾ ਅਸੀਂ ਪਹਿਲੀ ਵਾਰ ਹੈ ਮਾਨ ਭਗਵੰਤ ਜੀ ਪਹਿਲੀ ਵਾਰ ਆਏ ਉੱਥੇ ਮਾਨ ਸਾਹਿਬ ਤੇ ਪਹਿਲੀ ਵਾਰ ਆਏ ਇਹਨਾਂ ਕੋ 10 ਮਿੰਟ ਸਾਹਮਣੇ ਨਹੀਂ ਹੁੰਦਾ ਸਾਡੀ ਟੀਮ ਦਾ ਉਸੇ ਵੇਲੇ ਜਿੰਦਾਬਾਦ ਮਰਦਾਬਾਦ ਨਾਰੇ ਮਾਰ ਕੇ ਹੋ ਜਾਂਦੇ ਐ ਕਹੇ ਵੀ ਇੱਦਾਂ ਕਰਨਾ ਨਾ ਵੇਖ ਲਓ ਤੁਹਾਡੇ ਸਾਹਮਣੇ ਆ ਕਹਿੰਦੇ ਤੁਸੀਂ ਬੋਲਣੇ ਨਹੀਂ ਦਿੰਦੇ ਉਹਨਾਂ ਨੂੰ ਉੱਟ ਕੇ ਸਭ ਤੋਂ ਪਹਿਲਾਂ ਬਾਜਵਾ ਬੋਲਦਾ ਉਹ ਬੋਲਣ ਲਈ ਝੰਡਾ ਕੋਈ ਹੁੰਦਾ ਸ਼ੁਰੂ ਕੋਈ ਕਰ ਦਿੰਦਾ ਉਹ ਯਾਦ ਉਹ ਉਹ ਦਿਆ ਉਹਨੂੰ ਪਤਾ ਨਹੀਂ ਕਿ ਆ ਕੇ ਵਿਧਾਨ ਸਭਾ ਦਾ ਪਾਰਲੀਮੈਂਟ ਦਾ ਕੀ ਝੰਡਾ ਹੁੰਦਾ ਜੋ ਸਪੀਕਰ ਝੰਡਾ ਦਿੰਦਾ ਸਤ ਉਹਦੇ ਸਾਹਮਣੇ ਚੱਲਦਾ ਮਿਲਦਾ ਲੈ ਤੂੰ ਹੀ ਵੇਖ ਲਓ ਜੇ ਉਹਦੇ ਵਿਧਾਨ ਸਭਾ ਦੀ ਟਿਕ ਜਾਣਗੇ ਤਾਂ ਰੱਖ ਟਿਕੜਾਂ ਨਹੀਂ ਹੁੰਦਾ ਪਹਿਲੇ ਆਉਣਾ ਵੀ ਤੇ ਲਈ ਵੀ ਬਾਹਰ মিডিਆ ਤੂੰ ਹੀ ਖੋਤੇ ਹੁੰਦੇ ਹੋ ਉਥੇ ਪਿਓ ਦੇ ਪੁੱਤ ਆ ਗਏ ਆਪਣੇ ਫੁੱਟਬਾਲ ਨਾਲ ਆ ਗਏ ਕੱਲ ਜਾਂਦੇ ਚਲ ਕੋਕਾਗ ਪੀਤਾ ਜਾਂ ਵੀ ਆਨੰਦ ਮੰਗ ਲਿਆ ਜਾਂਦ ਹੋ ਗਿਆ ਇਹਨਾ ਹੁਣ ਅਈ ਤੇ ਕਹਿੰਦੇ ਬੋਲਣ ਐਸਓਆਲ ਤੇ ਆ ਕੇ ਬੋਲੇ ਪ੍ਰਧਾਨ ਆਜਵਾ ਵਿਧਾਨ ਸਭਾ ਚ ਲੋਕਾਂ ਨੂੰ ਦੱਸੇ ਕਿ ਪਈਓ ਕਈਆਂ ਕਿੱਥੇ ਨੇ ਜਿਹੜੀਆਂ ਅਹੀਂ ਇੰਦਰਗਾੰਧੀ ਨੇ ਟੱਪ ਲਾਏ ਸੀਗੇ ਇਹ ਲੈ ਕੇ ਦੋ ਹੁਣ 76 ਵਾਲਾ ਵਾਰਡ ਤੇ ਲੈ ਕੇ ਹੁਣ ਇੰਦਰਗਾੰਧੀ ਦਾ ਪੋੜਾ ਪਾਇਆ ਪਾਣੀ ਦਾ ਵੀ ਉਹ ਲੈ ਕੇ ਦੋ ਹੁਣ ਵਾਰਡ ਵੀ ਆ ਆ ਜੀ ਸਾਡੀ ਪ੍ਰਧਾਨ ਦਾ ਸਾਡੀ ਸਾਬਕਾ ਪ੍ਰਧਾਨ ਮੰਤਰੀ ਦਾ ਇਹ ਲੈ ਕੇ ਉਸ ਕੋਲ ਵਿਧਾਨ ਸਭਾ ਚ ਅਸੀਂ ਪੁੱਛਾਂਗੇ ਇਹਨਾਂ ਨੂੰ ਆਹੀ ਦੇ ਤੇ ਆ ਕਦੀ ਕਰਦੇ ਆ ਅਸੀਂ ਤਾਂ ਆਪੋ ਵਾਰਡ ਦੀਆਂ ਕਾਪੀਆਂ ਕਢਾਈਆਂ ਪਿਆ ਜੀ ਆ ਤੁਹਾਡਾ ਆ ਦਿਖਾਓ ਜੀ ਉਹਦਾ ਸੀਐਮ ਸਾਹਿਬ ਉਹ ਹੀ ਦਿਖਾਉਂਦੇ ਹੋ ਫੋਟੋਆਂ ਸਾਰਾ ਕੁਝ ਉਦੋਂ ਇਹਨਾਂ ਦਿਖਾਵਾਂਗਾ ਤੁਹਾਡਾ ਹੀ ਕੈਪਟਨ ਮੈਨੂੰ ਦੱਸੰਗ ਉਹਦੋਂ ਲੋਕ ਸਭਾ ਦਾ ਮੈਂਬਰ ਤੁਹਾਡੀ ਪ੍ਰਧਾਨ ਮੰਤਰੀ ਕਿਉਂ ਕੇਸ ਦੀ ਬੇੜਾ ਗਲਕੱਤਾ ਜੇ ਪੰਜਾਬ ਦਾ ਜਵਾਬ ਤੇ ਦੇਣ ਸਾਨੂੰ ਅਸੀਂ ਤਾਂ ਕਹਿੰਦੇ ਸਕੋ ਆਉਣ ਬੋਲਣ ਉੱਥੇ ਬਹਿਣ ਬੈਠਦੇ ਏਗੇ ਇਦਾਂ ਬਾਹਰ ਬਾਹਰੀ ਦੌੜਾ ਪੈ ਜਾਂਦੇ ਜਿੱਦਾਂ ਨਾਲ ਲੜਿਆਣੇ ਨਹੀਂ ਹੋਣਾ ਕਿਉਂਕਿ ਝੂਠੇ ਆ ਸੱਚ ਸੱਚ ਤੇ ਸੱਚ ਹੈ ਸਾਡਾ ਕਿੰਦੂ ਦੀ ਪਤਾ ਇੰਦਾ ਗਾਂਧੀ ਨੇ ਪੰਜਾਬ ਨਾਲ ਕੀ ਕੀਤਾ ਪਾਣੀਆਂ ਦੇ ਡਾਕਾ ਚੰਡੀਗੜ੍ਹ ਤੇ ਡਾਕਾ ਪੰਜਾਬੀ ਬੋਲਦੇ ਇਲਾਕਿਆਂ ਦੇ ਡਾਕਾ ਕਿੱਦੇ ਮਾਰਿਆ ਕਾਂਗਰਸ ਦੇ ਮਾਰਿਆ ਯਾਰ ਉਹਨਾਂ ਤੇ ਹੀ ਮੈਦਾਨ ਚ ਇਹ ਡਾਕੇ ਕਿੰਨੇ ਮਾਰਿਆ ਕਾਂਗਰਸ ਦੇ ਨਾਲੇ ਚੋਨਾ ਦੇ ਚੱਤ ਦੇ ਅਪਰੇਸ਼ਨ ਇੰਡੀਆ ਸਟਾਰਟ ਕਿੰਨੇ ਕੀਤਾ ਕਾਂਗਰਸ ਨੇ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਕਾਰਵਾਈ ਕੀਤੀ ਸਾਡੇ ਸਿੱਖਾਂ ਦੇ ਗਲਾਂ 'ਚ ਤੈਰ ਪਾ ਕੇ ਕਾਂਗਰਸੀਆਂ ਸਾਰੇ ਸਿੱਖਾਂ ਨੂੰ ਇੰਦਰਾ ਗਾਂਧੀ ਦੇ ਮੁੰਡੇ ਅਜੀਬ ਗਾਂਧੀ ਦੇ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਯਾਰ ਇਹ ਇਹ ਤਾਂ ਇਹਨਾਂ ਨੂੰ ਉਦੋਂ ਪੁੱਛ ਲਾਂ ਵਿਧਾਨ ਸਭਾ 'ਚ ਮੈਂ ਪੁੱਛੂ ਬਾਜੋ ਸਾਹਿਬ ਨੂੰ ਕਿ ਤੁਸੀਂ ਪੰਜਾਬੀ ਜੋ ਜਾਂ ਕਾਂਗਰਸੀ ਜੋ ਦਿੱਲੀ ਵਾਲੇ ਜਿਖੇ ਕੋਣ ਜੋ ਤੁਸੀਂ ਤੁਸੀਂ ਕਿਦਾ ਕਿਹਦੇ ਪੰਜਾਬ ਨਾਲ ਸਾਡੇ ਇੱਥੇ ਆ ਜੀ ਜੇ ਤੁਹਾਡੇ ਪੰਜਾਬ ਨਾਲ ਇੱਥੋਂ ਦੇ ਤਾਂ ਤੁਸੀਂ ਜਗਦੀਸ਼ ਟੈਕਟਰ ਦਾ ਗਲਾਬ ਹੁਣ ਤੱਕ ਲੜਾਈ ਨਾ ਲੜਦੇ ਬੋਲਿਓ ਕਦੀ ਹੈਗੀ ਬੰਦੇ ਨੂੰ ਕੋਈ ਜੋ ਬੋਲ ਕੇ ਦਿਖਾਓ ਵੀ ਜਗਦੀਸ਼ ਟੈਕਟਰ ਨੂੰ ਪਾਰਟੀ ਚੋਂ ਕੱਢੋ ਜਿਲਾ ਕੋਈ ਕਾਂਗਰਸੀ ਇੱਕ ਮਾਈ ਦਾ ਲਾਲ ਪੰਜਾਬ ਚ ਬੋਲ ਕੇ ਦਿਖਾ ਦੇ ਸਵੇਰੇ ਸ਼ਤਾਬ ਦੀ ਐਕਸਪ੍ਰੈਸ ਫੜਾ ਕੇ ਦਿੱਲੀੋਂ ਵੇਲੇ ਕਰ ਦਿੰਗੇ ਇਹਨਾਂ ਨੂੰ ਇਹਨਾਂ ਹੀਪ ਤਾਂ ਕੀ ਜਾਂ ਇਹ ਬੋਲਣ ਅਸੀਂ ਤਾਂ ਕਹਿੰਦੇ ਹੁਣ ਬਾਜਾ ਸਾਹਿਬ ਬੜੇ ਪੁਰਾਣੇ ਬਲਬ ਮੰਤਰੀ ਰਹਾ ਕਈ ਕੁਛ ਰਹਾ ਉਹ ਕਹਿੰਦੇ ਮੈਂ ਪ੍ਰਧਾਨ ਰਹਾ ਜੀ ਬੜਾ ਸੀਨੀਅਰ ਦਾ ਠੀਕ ਹੈ ਸੀਨੀਅਰ ਦੇ ਪਰਾਣੀਆਂ ਸਾਂਝਾ ਰਹੀਆਂ ਉਹਨਾਂ ਦੀ ਹਾਂ ਜੀ ਤੁਹਾਡੇ ਨਾਲ ਪਰਾਣੀਆਂ ਸਾਂਝਾ ਰਹੀਆਂ ਸਾਡੇ ਸਭ ਨੇ ਹੀ ਪੰਜਾਬ ਸਾਂਝਾ ਮਾਝੇ ਵਾਲੇ ਸਾਰੇ ਹੀ ਆਪਣੇ ਨਾਲ ਇੱਜ਼ਤ ਕਰਦੇ ਆ ਪਵ ਕਰਦੇ ਸਮਾਜਿਕ ਤੌਰ ਤੇ ਇਹ ਵੀ ਕਰਦੇ ਆ ਬਸ ਜਿੱਥੇ ਮੁੱਦੇ ਹੱਸਤ ਪੰਜਾਬ ਦੇ ਉੱਥੇ ਉੱਥੇ ਤੇ ਸਦਾ ਹੀ ਕੰਪਰੋਮਾਈਜ਼ ਕਰ ਲਈਦੀ ਇਤਿਆਰ ਕਹਿੰਦਾ ਬਹੁਤ ਸ਼ੁਕਰੀਆ ਜੀ ਸਮਾਂ ਦਿੱਤਾ ਧੰਨਵਾਦ ਬੰਤੀ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਬਾਕੀ ਦੇਖਦੇ ਆ 20 ਤਰੀਕ ਨੂੰ ਕੀ ਬੋਲਦੇ ਆਉਣ ਬੋਲਣ ਪਰ ਪਹਿਲੀ ਨਜ਼ੂਰ ਹੋਣਾ ਚਾਹੀਦਾ ਪੂਰੀ ਦੁਨੀਆ ਨੇ ਦੇਖਣਾ ਉਹ ਦਿਨ ਕਿ ਪੰਜਾਬ ਦੇ ਅਸਰਤ ਐਸ਼ੀ ਕੌਣ ਹੈ ਭਗਵੰਤ ਮਾਨ ਜੀ ਨੇ ਗਏ ਨੇ ਬਸ ਸਾਡੇ ਸੀਐਮ ਦਾ ਇਕ ਜਿਹੜਾ ਨਾ ਸਾਹਮਣਾ ਕਰ ਲੈਣਾ ਖੇਲ ਮਜ਼ਾ ਆ ਜਾਊਗਾ ਬਿਜਾਦ ਵਾਕਿਆ ਠੀਕ ਹੈ ਬੈਸ ਠੀਕ ਹੈ ਬੈਸ ਨੇਕਟ ਪਉਟ ਸਭ ਕੁਝ ਵੀ ਹੋਵੇ ਕੋਈ ਗੱਲ ਨਹੀਂ ਸਾਰੇ ਪੰਜਾਬ ਦਾ ਮੀਡੀਆ ਬੈਠਾ ਹੋਊ ਅੱਗੇ ਸੁਣ ਤਹੀਂ ਸੁਣਦੇ ਵੀ ਆਪਣੀ ਕਹਿਣ ਵਿੱਚ ਪਹਿਲਾਂ ਤਾਂ ਸੀਐਮ ਨੇ ਬੋਲਣਾ ਮੁੜ ਕੇ ਇਹਨਾਂ ਨੇ ਬੋਲਣਾ ਫਿਰ ਕਾਂਗਰਸ ਦੀ ਬਾਦੀ ਹੋਊਗੀ ਫਿਰ ਬੀਜੇਪੀ ਦੀ ਹੋਊਗੀ ਫਿਰ ਕਾਲੀ ਦਲ ਦੀ ਹੋਊਗੀ ਇਹ ਬੋਲਣ ਤਹੀਂ ਆ ਗਏ ਯਾਰ ਪੂਰੀ ਦੁਨੀਆ ਨੇ ਵੇਖਣੀ ਉਦੋਂ ਬੱਸ ਭਜਣਾ ਨਹੀਂ ਚਾਹੀਦਾ ਮੇਰੀ ਜਨਤ ਬੇਨਤੀ ਆ ਕਿ ਆਜੋ ਉਹਦਾ ਸੀਐਮ ਸਾਹਿਬ ਨੇ ਦੱਸਤਾ ਵੀ ਉਹਨਾਂ ਦੇ ਖਾਣੇ ਖੁਣੇ ਦਾ ਪ੍ਰਬੰਧ ਕਰਤਾ ਸਾਰਾ ਕੁਝ ਪ੍ਰਬੰਧ ਕੀਤਾ ਆ ਸਭ ਦੇ ਕੀ ਗੱਲ ਚੰਗਾ ਤੇ ਵਧੀਆ ਕੇ ਉਹ ਆਪਣਾ ਨੋਟੀਫਿਕੇਸ਼ਨ ਲੈ ਆਉਣ ਆਪਣੇ ਡੈਡੀ ਵਾਲਾ ਤੇ ਪ੍ਰਤਾਪ ਬਾਜਵਾ ਜੀ ਤੇ ਰਾਜਾ ਬੜਿੰਗ ਜੀ ਉਹ ਕਈਆਂ ਲੈ ਆਉਣਾ ਤੇ ਦੁਨੀਆ ਭਰ ਦੇ ਲੋਕਾਂ ਨੂੰ ਦਿਖਾ ਦੇਣ ਤੇ ਆਹ ਉਹ ਕਈਆਂ ਜੋ ਜਿੰਨੇ ਬਲਕਪੂਰੀ ਦਾ ਮੋਤਲਵਾਏ ਤੇ ਪੰਜਾਬ ਕਿੱਥੋਂ ਦਾ ਕਿੱਥੋਂ ਪਾਉਂਦੇ ਤੇ ਸਖਬੀਰ ਦੀ ਆਪਣੇ ਡੈਡੀ ਵਾਲਾ ਉਹ ਨੋਟੀਫਿਕੇਸ਼ਨ ਲੈ ਆਉਣ ਬਸ ਐਨੀ ਬਿੰਦੀ ਆਉਣ ਜੂ ਬਹੁਤ ਸ਼ੁਕਰੀਆ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਵਿਧਾਨ ਸਭਾ ਦਾ ਵਿਸ਼ੇਸ਼ اجلاس ਤੇ ਇੱਕ ਤਰੀਕ ਨੂੰ ਹੋਣ ਵਾਲੀ ਬਹਿਸ ਦੇ ਵਿੱਚ ਕੀ ਕੁਝ ਰਹਿਣ ਵਾਲਾ ਇਸ ਤੇ ਉੱਤੇ ਸਾਰੀਆਂ ਸਾਰੇ ਪੰਜਾਬੀਆਂ ਦੀ ਨਜ਼ਰ ਰਹੀ ਕਿ ਫਿਲਹਾਲ ਇਹ ਦੇਖਣਾ ਹੋਏਗਾ ਕਿ ਬਹਿਸ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਇਸ ਦੇ ਨਾਲ ਕਿੰਨਾ ਕੁ ਭਲਾ ਉਹ ਪੰਜਾਬ ਦਾ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹਿਸ ਦੇ ਕਿਹੋ ਜਿਹੇ ਸਿੱਟੇ ਜਿਹੜੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ ਕੈਮਰਾਮੈਨ ਅਸ਼ੋਕ ਸਿੱਧੂ ਦੇ ਨਾਲ ਮੈਨੂੰ ਨਾਨਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵੇਖਦੇ ਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ